जस टीवी तुम देख रहे हो, मैं के पी सिंह तुहाडा स्वागत करता हूं। देश दे विच बहुत सारे मुद्दे हैगे आ जिन्हां मुद्दे ते बहस हो रही है कि इन्हां मुद्दों विच बहस उन्हां ते भी हो रही है जिन्हां दी जरूरत शायद इन्नी नहीं हैगी क्योंकि सिर्फ सियासत नूं जरूरत हैगी है, पर तुहानूं जिहड़ी जरूरत हैगी है जां सानूं जरूरत हैगी है वह पानी दी जरूरत हैगी है क्योंकि पानी एक इहो जिही चीज़ हैगी है जिहड़ी ना मिले तां शायद अगली लड़ाई पानी ते होवे। कि बहुत वड्डे वड्डे ਜਿਹੜੇ ਵਿਦਵਾਨ ਹੈਗੇ ਇਹ ਗੱਲ ਕਹਿ ਚੁੱਕੇ ਹੈਗੇ, ਪਰ ਸ਼ਾਇਦ ਸਿਆਸਤ ਨੂੰ ਇਹ ਗੱਲ ਨਹੀਂ ਸਮਝ ਆ ਰਹੀ। ਇਸ ਲਈ ਰਿਪੋਰਟ ਜਦੋਂ ਆਉਂਦੀ ਹੈ ਕਿ ਇੰਨੇ ਡਾਰਕ ਜ਼ੋਨ ਹੋ ਗਏ, ਇੰਨੇ ਇੱਥੇ ਸਾਡਾ ਗਰਾਊਂਡ ਵਾਟਰ ਆ ਜਿਹੜਾ ਘਟਦਾ ਜਾ ਰਿਹਾ ਹੈਗਾ, ਬਹੁਤ ਸਾਰੀਆਂ ਰਿਪੋਰਟਸ ਆਉਂਦੀਆਂ ਹੈਗੀਆਂ। ਉਹਨਾਂ ਰਿਪੋਰਟਸ 'ਤੇ ਪਹਿਲਾਂ ਵੀ ਕਈ ਵਾਰੀ ਚਰਚਾ ਹੁੰਦੀ ਹੈ, ਪਰ ਉਹ ਚਰਚਾ ਜਿਹੜੀ ਉਹ ਸਿਆਸੀ ਗਲਿਆਰਾ ਤੱਕ ਨਹੀਂ ਪਹੁੰਚਦੀ ਹੈਗੀ। ਸਵਾਲ ਬਹੁਤ ਸਾਰੇ ਹੈਗੇ ਆ। ਸਵਾਲ ਇਹ ਹੈਗਾ ਕਿ ਜਦੋਂ ਨੀਤੀ ਆਯੋਗ ਦੀ ਰਿਪੋਰਟ ਆਉਂਦੀ ਹੈ ਉਸ 'ਤੇ ਚਰਚਾ ਕਿੰਨੀ ਹੁੰਦੀ ਹੈ? ਹੁਣ ਜਦੋਂ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਜਵਾਬ ਦਿੱਤਾ ਜਾਂਦਾ ਕਿ ਪਾਣੀ ਦੀ ਵਜ੍ਹਾ ਕਰਕੇ ਲੋਕ ਕਿੰਨੇ ਮਰ ਰਹੇ ਹੈਗੇ ਆ, ਤਾਂ ਫਿਰ ਚਿੰਤਾ ਹੋਣੀ ਸੁਭਾਵਿਕ ਹੈ ਕਿ ਫਿਰ ਅਸੀਂ ਸਵਾਲ ਪੁੱਛਾਂਗੇ ਕਿ ਇਸ ਪਾਣੀ 'ਤੇ ਬੋਲਦਾ ਕੋਈ ਕਿਉਂ ਨਹੀਂ ਹੈ? ਅਤੇ ਸਵਾਲ ਇੱਕੋ ਹੀ ਹੈ, ਪਿਆਸੇ ਮਰਦੇ ਲੋਕਾਂ ਦਾ ਕਾਤਲ ਕੌਣ ਹੈ? ਮੁੱਦਿਆਂ ਦੀ ਪਿਆਸੀ ਪੋਲੀਟਿਕਸ, ਸ਼ਾਇਦ ਮੁੱਦੇ ਸਿਆਸਤ ਤੋਂ ਦੂਰ ਹੁੰਦੇ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਸਿਆਸਤ ਦੇ ਵਿੱਚ ਸਿਰਫ ਵੋਟ ਬੈਂਕ ਦਿਖਦਾ ਹੈਗਾ ਅਤੇ ਇਹ ਨਹੀਂ ਦਿਖਦਾ ਕਿ ਬੁਨਿਆਦੀ ਜ਼ਰੂਰਤਾਂ ਕੀ ਹੈਗੀਆਂ ਆਮ ਇਨਸਾਨ ਦੀਆਂ, ਆਮ ਆਦਮੀ ਦੀਆਂ। ਉਸ 'ਤੇ ਬਹਿਸ ਕਰਨੀ ਲਾਜ਼ਮੀ ਹੈਗੀ ਅਤੇ ਅੱਜ ਇਸੇ ਕਰਕੇ ਬਹਿਸ ਕਰ ਰਹੇ ਹਾਂ। ਟੂ ਦਾ ਪੁਆਇੰਟ ਵਿੱਚ ਬਹਿਸ ਇਸ ਕਰਕੇ ਕਰ ਰਹੇ ਹਾਂ ਕਿ ਮੁੱਦਿਆਂ ਦੀ ਪਿਆਸੀ ਪੋਲੀਟਿਕਸ ਹੈ। ਲੋਕ ਸਭਾ ਵਿੱਚ ਕੇਂਦਰੀ ਰਾਜ ਮੰਤਰੀ ਰਮੇਸ਼ ਚੰਦੱਪਾ ਜਿਗਾ ਜਿੰਦਗੀ ਦਾ ਬਿਆਨ ਆਇਆ, ਭਾਰਤ ਵਿੱਚ 60 ਕਰੋੜ ਤੋਂ ਵਧੇਰੇ ਲੋਕ ਸਾਫ਼ ਪਾਣੀ ਦੇ ਪੀਣ ਤੋਂ ਵਾਂਝੇ ਹੈਗੇ ਆ। ਸੰਯੁਕਤ ਜਲ ਪ੍ਰਬੰਧਨ ਸੂਚਕਾਂਕ ਬਾਰੇ ਨੀਤੀ ਆਯੋਗ ਦੀ ਮੌਜੂਦਾ ਰਿਪੋਰਟ ਦਾ ਹਵਾਲਾ ਦਿੱਤਾ ਗਿਆ। ਮੁਲਕ ਵਿੱਚ ਪੀਣ ਵਾਲੇ ਪਾਣੀ ਦੀ ਘਾਟ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ ਚੰਦੱਪਾ। 2030 ਤੱਕ ਦੁੱਗਣੀ ਹੋ ਜਾਵੇਗੀ ਪੀਣ ਵਾਲੇ ਸਾਫ਼ ਪਾਣੀ ਦੀ ਮੰਗ ਅਤੇ ਹਾਲਾਤ ਵਿਗੜਨਗੇ। ਅਤੇ ਜਦੋਂ ਹਾਲਾਤ ਵਿਗੜਨ ਵਾਲੀ ਗੱਲ ਆਉਂਦੀ ਹੈ ਤਾਂ ਫਿਰ ਸਵਾਲ ਇੱਕੋ ਹੀ ਪੁੱਛਿਆ ਜਾਊਗਾ। ਲੋਕ ਸਭਾ ਵਿੱਚ ਕੇਂਦਰੀ ਰਾਜ ਮੰਤਰੀ ਦੇ ਪੀਣ ਵਾਲੇ ਪਾਣੀ 'ਤੇ ਦਿੱਤੇ ਬਿਆਨ 'ਤੇ ਕੌਣ ਬੋਲੇਗਾ? ਸਵਾਲ ਇੱਕੋ ਹੀ ਹੈ। ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਪ੍ਰੋਫੈਸਰ ਮਨਜੀਤ ਸਿੰਘ ਸਮਾਜ ਸ਼ਾਸਤਰੀ ਤੌਰ 'ਤੇ ਸਾਡਾ ਮੌਜੂਦ ਰਹਿਣ ਕੇ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਜਸਜੀਤ ਸਿੰਘ ਆਮ ਆਦਮੀ ਪਾਰਟੀ ਤੋਂ ਹੈ, ਹਰਦੀਪ ਸਿੰਘ ਇੰਗਲਾ ਕਾਂਗਰਸ ਤੋਂ ਹੈ, ਡਾਕਟਰ ਮੇਜਰ ਏ ਪੀ ਸੋਨਵਾਲੀਆ ਭਾਰਤੀ ਜਨਤਾ ਪਾਰਟੀ ਤੋਂ ਹੈ ਅਤੇ ਡਾਕਟਰ ਗੁਰਦਰਸ਼ਨ ਚਿੱਲੋ ਜਿਹਨਾਂ ਨੂੰ ਅਕਸਰ ਤੁਸੀਂ ਸਿੱਖ ਮੁੱਦਿਆਂ 'ਤੇ ਇੱਥੇ ਬੈਠੇ ਦੇਖਦੇ ਹੋ, ਤਾਂ ਪਰ ਉਹਨਾਂ ਨੇ ਪਾਣੀ 'ਤੇ ਵੀ ਬੜਾ ਕੰਮ ਕੀਤਾ ਹੈਗਾ। ਅੱਜ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪਾਣੀ ਦਾ ਸੰਕਟ ਆ ਜਿਹੜਾ ਉਹ ਕਿੰਨਾ ਵੱਡਾ ਹੈਗਾ। ਡਾਕਟਰ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ। ਅਤੇ ਰਿਪੋਰਟ ਵਿੱਚ ਜੋ ਦੱਸਿਆ ਜਾਂਦਾ ਕਿ ਦੇਸ਼ ਵਿੱਚ 60 ਕਰੋੜ ਲੋਕ ਪਾਣੀ ਦੀ ਗੰਭੀਰ ਕਿੱਲਤ ਦਾ ਸਾਹਮਣਾ ਕਰ ਰਹੇ ਆ, 2030 ਤੱਕ ਦੇਸ਼ 'ਚ ਪਾਣੀ ਦੀ ਮੰਗ ਹੈ ਜਿਹੜੀ ਉਹ ਵੱਧ ਜਾਵੇਗੀ, ਦੁੱਗਣੀ ਹੋ ਜਾਵੇਗੀ, ਅਤੇ 2 ਲੱਖ ਲੋਕ ਹੈ ਤਕਰੀਬਨ ਹਰ ਸਾਲ ਜਾਨ ਗਵਾ ਦਿੰਦੇ ਆ ਜਦੋਂ ਪਾਣੀ ਨਹੀਂ ਮਿਲਦਾ। ਅਤੇ ਇਸ 'ਤੇ ਸੰਜੀਦਾ ਮੈਂ ਚਰਚਾ ਮੰਗਦਾ ਹੈਗਾ ਕਿ ਸੰਜੀਦਾ ਚਰਚਾ ਹੋਣੀ ਲਾਜ਼ਮੀ ਹੈਗੀ ਹੈ। ਡਾਕਟਰ ਮੇਜਰ ਏ ਪੀ ਸੋਨਵਾਲੀਆ, ਇਹ ਚਰਚਾ ਵੈਸੇ ਤੁਹਾਡੇ ਤੋਂ ਸ਼ੁਰੂ ਕਰਨੀ ਬਣਦੀ ਹੈਗੀ ਕਿਉਂਕਿ ਸਰਕਾਰ ਦਾ ਹਿੱਸਾ ਹੋ ਤੁਸੀਂ। ਡਾਕਟਰ ਮੇਜਰ ਏ ਪੀ ਸੋਨਵਾਲੀਆ, ਨੀਤੀ ਆਯੋਗ ਦੀ ਰਿਪੋਰਟ 'ਤੇ ਅਸੀਂ ਸ਼ਰਮ ਕਰੀਏ ਜਾਂ ਸਾਰੇ ਸਿਸਟਮ ਨੂੰ ਕੋਸੀਏ ਜਾਂ ਭਵਿੱਖੀ ਰਣਨੀਤੀ ਕੋਈ ਇਹੋ ਜਿਹੀ ਬਣਾਈਏ ਕਿ ਅਸੀਂ ਭੀੜ ਤੰਤਰ ਤੋਂ ਬਾਹਰ ਆ ਸਕੀਏ? ਕੇਪੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਅੱਜ ਨੀਤੀ ਆਯੋਗ ਜਿਹੜੀ ਰਿਪੋਰਟ ਆਈ ਹੈ ਮੈਂ ਉਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਕਿ ਟ੍ਰਾਂਸਪੇਰੈਂਟ ਹੋ ਕੇ ਉਹਨਾਂ ਨੇ ਉਹ ਸੱਚਾਈ ਜੋ ਅੱਜ ਤਾਈਂ ਵੱਖਰੀ ਵੱਖਰੀ ਸਰਕਾਰਾਂ ਬਣੀਆਂ ਨੇ ਉਹ ਕਿੱਦਾਂ ਦੇ ਹਾਲ 'ਤੇ ਸਾਡੀ ਕੰਟਰੀ ਨੂੰ ਰੱਖਿਆ ਕਿ ਹੁਣ ਅੱਜ 60 ਕਰੋੜ ਲੋਕ ਜਿਹੜੇ ਨੇ ਉਹ ਪਾਣੀ ਵਾਸਤੇ ਮੁਹਤਾਜ ਨੇ। ਉਹਨਾਂ ਨੇ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਸਾਡੇ ਕੋਲ ਪ੍ਰੋਬਲਮ ਰੱਖੀ ਹੈ। ਉਹਦੇ ਇਹਦੇ ਵਿੱਚ ਇਹ ਕਿਹਾ ਕਿ 24 ਸਟੇਟ 'ਤੇ ਸਰਵੇ ਕੀਤਾ, ਉੱਥੇ 20 ਸਟੇਟ 'ਤੇ ਇਹ ਡੈਫੀਸ਼ੀਐਂਸੀ ਹੈ। ਆਪ ਜੀ ਦੀ ਰਿਪੋਰਟ 'ਤੇ ਵੀ ਆਇਆ ਨੇ ਕਿ 2 ਲੱਖ ਆਦਮੀ ਡੇਲੀ ਸਾਲ ਵਿੱਚ ਬਗੈਰ ਪਾਣੀ ਦੀ ਕਮੀ ਨਾਲ ਮਰ ਜਾਂਦੇ ਨੇ। ਮੈਂ ਆਪ ਜੀ ਦਾ ਧਿਆਨ ਦਿਲਾਉਣਾ ਚਾਹੁੰਦਾ ਹਾਂ ਕਿ ਜਿਹੜਾ ਪੋਲਿਊਟਿਡ ਵਾਟਰ ਹੈ ਉਹਦੇ ਨਾਲ ਜਿਹੜੀ ਜਿੰਨੀ ਡੈਥ ਹੁੰਦੀ ਹੈ ਵਾਟਰਬੋਰਨ ਡਿਜ਼ੀਜ਼, ਉਹ ਮੈਰੀ ਫੋਲਡ ਉਹਨਾਂ ਦੇ ਨਾਲ ਹੁੰਦੀ ਨੇ। ਜਿੰਨੀ ਬਿਮਾਰੀਆਂ ਵਾਟਰਬੋਰਨ ਡਿਜ਼ੀਜ਼ ਇਹ ਪਾਣੀ ਦੇ ਖਰਾਬ ਪਾਣੀ ਦੇ ਨਾਲ ਆਦਮੀ ਨੂੰ ਹੁੰਦੀ ਹੈ, ਇੱਕ ਆਦਮੀ ਇੱਕ ਵਾਰ ਬਿਮਾਰ ਹੁੰਦੇ ਤਾਂ ਪੂਰੀ ਫੈਮਿਲੀ ਬਿਲੋ ਪਾਵਰਟੀ ਲਾਈਨ ਲਿਆ ਦਿੰਦੀ ਹੈ। ਤਾਂ ਇਹ ਨੀਤੀ ਆਯੋਗ ਨੇ ਹੁਣ ਪੂਰੇ ਮੁੱਦੇ ਨੂੰ ਇੱਕ ਪੂਰੀ ਤਰ੍ਹਾਂ 'ਤੇ ਲਿਆ ਕਰਕੇ ਟ੍ਰਾਂਸਪੇਰੈਂਟੀ ਨਾਲ ਕੰਟਰੀ ਦੇ ਸਾਹਮਣੇ ਰੱਖਤਾ ਕਿ ਇਹਦੇ ਬਾਰੇ ਵੀ ਜ਼ਰੂਰ ਕੁਛ ਕੀਤਾ। ਪਾਣੀ 'ਤੇ ਸਰਕਾਰ ਕੀ ਕਰ ਰਹੀ ਹੈ? ਹਾਂ, ਹੁਣ ਗੱਲ ਇਹ ਆ ਰਹੀ ਹੈ ਕਿ ਇਹ ਮੁੱਦੇ ਬਹੁਤ ਡੀਪ ਜਾਣ ਵਾਸਤੇ ਅਭੀ ਤੱਕ 70 ਸਾਲ ਤੋਂ ਹੀ ਗੌਰਮੈਂਟ ਦੂਸਰੀ ਗੌਰਮੈਂਟ ਰਹੀ, ਸਰਕਾਰ ਕਾਂਗਰਸ ਸਰਕਾਰ ਉਹ ਇੱਕ ਕੁਣਬੇ ਨੂੰ ਸਿਰਫ ਦੇਖਦੀ ਰਹੀ, ਬਾਕੀ ਜਿਹੜੇ 120 ਕਰੋੜ ਲੋਕਾਂ ਦੀ ਕਦੀ ਪਰਵਾਹ ਨਹੀਂ ਕੀਤੀ। ਹੁਣ ਦੇਖੀਏ ਕਿ ਇਹਨੂੰ ਮੈਨੇਜ ਕੌਣ ਕਰੂਗਾ? ਵਾਟ ਦੇ ਸਮ ਰੂਲਸ ਐਂਡ ਰੈਗੂਲੇਸ਼ਨ ਹੋਣੀ ਚਾਹੀਦੇ। ਸਿਰਫ ਇੱਕ ਅੰਡਰਗਰਾਊਂਡ ਵਾਟਰ ਅਥਾਰਟੀ ਬਣਾਈ ਸੀ, ਉਹ ਸੈਂਟਰਲ ਗੌਰਮੈਂਟ ਕੋਲ ਰਹੀ, ਸਟੇਟ ਵਿੱਚ ਕੋਈ ਅੰਡਰਗਰਾਊਂਡ ਵਾਟਰ। ਤੁਸੀਂ ਨੀਤੀ ਆਯੋਗ ਦੀ ਤਾਰੀਫ ਕੀਤੀ ਹੈ,
एनजीटी की भी तारीफ करोगे? कृषि प्रधान देश है, इत्थे मैक्सिमम वाटर यूटिलाइज किथे हुंदा है? क्रोप ग्रोन वास्ते, बीज फसल उगाने वास्ते। जेड़ा पानी जेड़ा है वो तो दिन पे दिन कम होता है, बिकॉज रिसोर्सिस उन्हें चार्ज करने वाले सारे स्टेप जेड़े ने किरण ले। एनजीटी गलत कह रहे हैं, गंगा दी गल कर रहे हैं ना, मैं कितने कह रहा है गलत कह रहा है? ठीक कह रहे हैं ना। हाँ चलो, अब तो डट ले लो, पर एफर्ट साडा पूरा लगया हुआ है। ठीक है, मेरी कोशिश है सियासत ना होवे इस मुद्दे ते, संजीदगी नाल गल होवे। डॉक्टर ढिल्लो, इस रिपोर्ट नूं किस तरीके नाल समझ आवे, क्योंकि हुणे पार्लीमेंट विच जदों इसदा जवाब दिता जांदा ते फिर इस ते चर्चा करनी बनदी जरूर। इह रिपोर्ट जिहड़ी आ, मेरा अपना ख्याल आ, जिहड़ी हिंदुस्तान दी सरकार आ, भारत दी सरकार आ ना, बीजेपी दी, ओह टोटली इनडिफरेंट आ और नाल इग्नोरेंट भी है। पिछले संडे नूं दो पेज दे उत्ते गंगा दे बेसन दे रिवर वाटर दे उत्ते बहुत खूबसूरत आर्टिकल आया, और उस आर्टिकल दे विच इह दस्या गया कि 2014 च 10,000 करोड़ रुपया मोदी सरकार ने दिता, उस साधवी जिहड़ी मिनिस्टर है सेंटर दे विच, मैनूं उहदा नाम भुल गया, और उस 2014 तों पानी की जिहड़ी प्रॉब्लम आ गंगा वाटर की, गंगा सब तो वड्डा बेसन आ हिंदुस्तान के रिवर वाटर के, जिदे को 150 MAF पानी आ, और जिहड़ी सारी सिविलाइजेशन आ जिहड़ी आ हिंदी बोलती आ वो डिपेंडेंट ऑन गंगा बेसन के उत्ते, तो वो सारा जिहड़ा पानी आ वो होर ज़्यादा पल्यूट हो गया, और गंगा दिन ब दिन स्क्वीज हो गया, घटता जा रहा। क्यों घटता जा रहा? क्योंकि सरकार दियां इस किस्म दियां पॉलिसीज़ आ। मैं मोदी दे उत्ते बहुत स्ट्रोंग क्रिटिसिजम कर रहा, चार धाम इसने सड़क नाल मिलाए, जेड़े जिदे उत्तों 80,000 दरख्त जेड़े के 500 साल की उन्होंने उम्र सी, उन्होंने कट के वढ़ के सिटता एक सड़क बनाने लिए, क्योंकि उत्थे इसने पोलीटिकल माइलेज या रिलीजियस जो लेनी है बेनीफिट उस तो, 80,000 दरख्त उस एरिया दे विच। मैं दसना चाहुंदा डॉक्टर साहब नूं, जिहड़ा एक वड्डा दरख्त, मैं एक मिनट सुन, जिहड़ा वड्डा दरख्त आ उह साल दे विच 400 लीटर पानी पींदा, 1200 लीटर वह पानी अपनिया जड़ां च प्रिजर्व करता, और लगातार साल दे विच छड़दा रहिंदा, उस तो जिहड़े रिवर आ उह फैड हुंदे आ उपर, या ग्लेशियर्स हुंदे आ या इन्हां चीज़ों तो, दो ही सोर्स आ, तीसरा सोर्स नहीं हुंदा कोई। तो वह जिहड़े 80,000 दरख्त कटाए, और सारे दरियां दे आले दुआले उन्होंने जिन्ने भी दरख्त सी हिंदुस्तान दे विच सारे कट्टे जा चुके आ, ऑलमोस्ट कॉलोनीज़ बन गई, झुग्गी चोपड़ी बन गई उत्थों, तुसीं किस तरीके। और देखो आ जिहड़ा वो की है श्री श्री, उसने उत्थे अजलास किया गंगा जमुना के उत्ते, जमुना के उत्ते उन्हें कहड़ा फाइन दिता? वो तो उत्तों एक पैसा भी नहीं फाइन लै सकती हिंदुस्तान की सरकार, इस किस्म की नकमी है इन इशूज़ के उत्ते। उन्हें सारा जिहड़ा सरफेस सी जिहड़ा हज़ारां सालों के प्रिजर्व हुंदा वो सारे का सारा उसने मलियामेट करता, मीलों तक पता नहीं मैनूं याद नहीं 6 लाख बंदा इकट्ठा किया या 7 लाख बंदा इकट्ठा किया। तो हिंदुस्तान की सरकार, मैं आप कह रहा फैक्ट दे के कह रहा सुहिरद नहीं, किस तरह देखो सारी दुनिया की जिनी पानी फ्रैश वाटर कह रहे हो, पोर्टेबल वाटर अंग्रेजी कहेंदे आ, सिर्फ 4.2 अवेलेबल आ टू इंडिया, सिर्फ 4.2। और जिहड़ी सारी सारी दुनिया की आबादी आ, 17% हिंदुस्तान दे विच रह रहा, जिहड़ी सारी दुनिया का मास टेरेटरी आ उसका सिर्फ 2% हिंदुस्तान दे कोल आ। हर साल हिंदुस्तान की आबादी आ जिहड़ी एक आस्ट्रेलिया जम दिंदी आ, हुण मोदी साहब 125 करोड़ कही जांदे आ, अज आबादी 138 करोड़ आ, 138 करोड़ है, करैक्ट कर दिया मैं थोड़ी, ते फिर अद्धी आबादी नूं, अद्धी आबादी तों कोल तां पानी नहीं हैगा, अद्धी आबादी तों वध दे कोल पानी नहीं हैगा, और यह पानी दिन ब दिन घटता जा रहा। हिंदुस्तान दे कोल 91 जिहड़े हैगे आ ग्लेशियर, वो हैगे आ रिजरवायर्स जिन्हां दा 23% पानी मुक चुक्या। ए वाटर वॉर्स जिहड़ियां है, यूएनओ दी रिपोर्ट आ 1992 दी, उन्होंने कहा द बेसिस ऑफ फ्यूचर वॉर्स अमंगस्ट नेशंस वुड नॉट बी ऑयल बट ए पोर्टेबल वाटर।
1992 ਦੀ ਰਿਪੋਰਟ ਆ। ਤੇਲ ਤੇ ਪਾਣੀ ਦੀ ਲੜਾਈ ਹੋਊਗੀ, ਹਾਂਜੀ ਪਾਣੀਆਂ ਦੇ ਉੱਤੇ ਲੜਾਈ ਹੋਊਗੀ, ਕਿਉਂਕਿ ਤੇਲ ਦੇ ਆਲਟਰਨੇਟਿਵ ਟੈਕਨੋਲੋਜੀ ਨੇ ਬਹੁਤ ਜ਼ਿਆਦਾ ਲੱਭ ਲਿਆ, ਪਾਣੀ ਦਾ ਆਲਟਰਨੇਟਿਵ ਨਹੀਂ, ਪਾਣੀ ਦਾ ਆਲਟਰਨੇਟਿਵ ਲੱਭ ਹੀ ਨਹੀਂ ਸਕੇ। ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਅੱਧੀ ਆਬਾਦੀ ਪਿਆਸੀ ਆ ਤੇ ਕੀ ਤਰੱਕੀ ਦੀ ਗੱਲ, ਕੀ ਤਰੱਕੀ ਦੀ ਗੱਲ, ਸਿਰਫ ਸਿਆਸੀ ਹੈ। ਪਿਆਸੇ ਮਰਦੇ ਲੋਕਾਂ ਦਾ ਕਾਤਲ ਕੌਣ ਹੈ, ਕਿਉਂਕਿ ਉਂਗਲ ਸਿਰਫ ਪੀੜ ਤੰਤਰ 'ਤੇ ਚੁੱਕੀ ਜਾ ਰਹੀ ਹੈਗੀ ਹੈ, ਅਤੇ ਪੀੜ ਤੰਤਰ ਦੇ ਵਿਚਾਲੇ ਜੇ ਪਾਣੀ ਲੜਾਈ ਹੋ ਰਹੀ ਹੈ, ਪੀੜ ਉੱਥੇ ਵੀ ਲੱਗਦੀ ਹੈਗੀ ਹੈ। ਜਾ ਕੇ ਦੇਖੋ ਤੁਸੀਂ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਸੋਕਾ ਪਿਆ ਹੋਇਆ, ਜਿੱਥੇ ਖੂਹ ਦੇ ਵਿੱਚੋਂ ਪਾਣੀ ਕੱਢਣ ਲਈ ਬਾਲਟੀਆਂ ਲਟਕਾਈਆਂ ਜਾਂਦੀਆਂ, ਅਤੇ ਪਾਣੀ ਜਦੋਂ ਮੰਗਿਆ ਜਾਂਦਾ ਤਾਂ ਉਹ ਬਾਲਟੀਆਂ ਸੁੱਕੀਆਂ ਬਾਹਰ ਆਉਂਦੀਆਂ ਹੈਗੀਆਂ। ਉਹਨਾਂ ਲੋਕਾਂ ਦਾ ਵੀ ਸੋਚ ਕੇ ਦੇਖੋ ਜਿਹੜੇ ਹੈਜ਼ੇ ਨਾਲ ਮਰਦੇ ਪਏ ਹੈ, ਜਿਹੜੇ ਪ੍ਰਦੂਸ਼ਿਤ ਪਾਣੀ ਪੀਣ ਨੂੰ ਮਜਬੂਰ ਹੈਗੇ ਆ, ਉਹਨਾਂ ਲੋਕਾਂ ਬਾਰੇ ਵੀ ਸੋਚ ਕੇ ਦੇਖੋ ਜਿਨ੍ਹਾਂ ਤੱਕ ਪਾਣੀ ਪਹੁੰਚਦਾ ਨਹੀਂ ਪਿਆ ਹੈਗਾ, ਅਤੇ ਉਹਨਾਂ ਬਾਰੇ ਵੀ ਸੋਚੋ ਜਿਹੜੇ ਟੈਂਕਰ ਮਾਫੀਆ ਨੂੰ ਸੰਰਕਸ਼ਣ ਦੇ ਰਹੇ ਹੈਗੇ, ਟੈਂਕਰ ਮਾਫੀਆ ਨੂੰ ਸ਼ੈਲਟਰ ਦੇ ਰਹੇ ਹੈਗੇ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਲੋਕ ਸਭਾ ਵਿੱਚ ਕੇਂਦਰੀ ਰਾਜ ਮੰਤਰੀ ਦੇ ਪੀਣ ਵਾਲੇ ਪਾਣੀ 'ਤੇ ਦਿੱਤੇ ਬਿਆਨ 'ਤੇ ਕੌਣ ਬੋਲੇਗਾ? ਹਰਦੀਪ ਕਿੰਗਰਾ, ਕੀ ਕਹੋਗੇ ਤੁਸੀਂ? ਕੇਪੀ, ਕਿਉਂਕਿ ਸਾਰੇ ਇਲਜ਼ਾਮ ਤੁਹਾਡੀ ਸਰਕਾਰ, ਇਹਨਾਂ ਨੇ ਆਪਦੇ ਆਪ ਨੂੰ ਬਰੀ ਕੀਤਾ। ਮੈਂ ਇਹਦੇ 'ਤੇ ਪੋਲੀਟੀਕਲੀ ਇੱਕੋ ਹੀ ਗੱਲ ਕਰਾਂਗਾ, ਬਾਕੀ ਇਹ ਟੈਕਨੀਕਲ ਇਸ਼ੂ ਹੈ। ਮੇਰੇ ਨਾਲ ਜਿਹੜੇ ਬੀਜੇਪੀ ਦੇ ਨੁਮਾਇੰਦੇ ਨੇ, ਇਹਨਾਂ ਨੇ ਕਿਹਾ ਕਿ 70 ਸਾਲ ਹੋ ਗਏ। ਮੈਂ ਇਹਨਾਂ ਦੀ ਇਨਫੋਰਮੇਸ਼ਨ ਵਾਸਤੇ ਮੋਦੀ ਸਾਹਿਬ ਨੂੰ ਵੀ ਦੱਸਣਾ ਚਾਹੁੰਦਾ, ਅਤੇ ਇਹਨਾਂ ਨੂੰ ਵੀ ਦੱਸਣਾ ਚਾਹੁੰਦਾ। ਇਹ 70-70 ਸਾਲਾਂ ਦੀ ਗੱਲ ਕਰੀ ਜਾਂਦੇ ਆ, ਉਹਦੇ 'ਚ 11 ਸਾਲ ਇਹਨਾਂ ਦੇ ਵੀ ਹੈ, 4 ਸਾਲ ਮੋਦੀ ਜੀ ਦੇ ਵੀ ਹੈ। 70 ਤਾਂ ਬਣਦੇ ਆ, ਵਰਨਾ 70 ਨਹੀਂ ਬਣਦੇ। ਔਰ ਸ਼ੁਕਰ ਹੈ ਕਿ ਮੋਦੀ ਜੀ ਆਪਦਾ ਨਾਮ ਵੀ ਵਿੱਚੇ ਲੈ ਲਿਆ, ਦੋਨਾਂ ਨੇ 4 ਮੇਰੇ ਵੀ ਵਿੱਚੇ ਤੇ ਵਾਜਪਾਈ ਜੀ ਦੇ ਵਿੱਚੇ, ਯਾਨੀ ਕਿ ਦੋਨਾਂ ਨੇ ਦੇਸ਼ ਨੂੰ ਪਿਆਸਾ ਮਾਰਿਆ। ਹਾਂ, ਓਏ ਆਪ ਹੀ ਕਹਿੰਦੇ ਆ, ਮੈਂ ਨਹੀਂ ਕਿਹਾਗਾ 70 ਸਾਲ ਇਹਨਾਂ ਨੇ ਕਿਹਾ, ਮੋਦੀ ਜੀ ਨੇ ਵੀ ਕਿਹਾ। ਇੱਕ ਮਿੰਟ ਆਪਾਂ ਸੁਣ ਲਈਏ। ਹਾਂ, ਮੈਂ ਆ ਰਿਹਾ ਤੁਹਾਡੇ। ਉਹਨਾਂ ਨੇ ਪਾਰਲੀਮੈਂਟ 'ਚ ਵੀ ਕਿਹਾ ਸੀ 70 ਸਾਲ ਹੋ ਗਏ, ਉਹਦੇ ਵਿੱਚ 4 ਸਾਲ ਮੋਦੀ ਜੀ ਦੇ ਵੀ ਹੈ, ਅਤੇ 5 ਸਾਲ ਵਾਜਪਾਈ ਜੀ ਦੇ ਵੀ ਹੈ, ਅਤੇ ਮੁਰਾਰਜੀ ਦੇਸਾਈ ਜੀ ਹੋਰਾਂ ਦੇ ਸਾਰਿਆਂ ਦੇ ਮਿਲਾ ਕੇ ਕਾਫੀ ਸਾਲ ਹੈਗੇ ਆ। ਸ਼ੁਕਰ ਹੈ ਕਿ ਆਪਦਾ ਨਾਮ ਵੀ ਵਿੱਚ ਲਿਖਦੇ ਆ, ਕਿ ਅਸੀਂ ਵੀ ਗੁਰਬਤ ਜਿਹੜੀ ਹੈ ਇਸ ਮੁਲਕ ਦੀ ਹੈ, ਉਹਦੇ ਅਸੀਂ ਵੀ ਜ਼ਿੰਮੇਵਾਰ ਹੈਗੇ ਹਾਂ। ਦੂਜੀ ਗੱਲ ਜਿਹੜੀ ਪਾਣੀ ਦੀ ਤੁਸੀਂ ਕੀਤੀ ਹੈ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਇਹ ਧਰਤੀ ਜਿਹੜੀ ਹੈ ਇਹਨੂੰ ਹਾਈਡ੍ਰੇਟਡ ਪਲੈਨਟ ਕਹਿੰਦੇ ਆ। ਇਹ ਪਾਣੀ ਦੀ ਸਕੇਸਟੀ ਅੱਜ ਨਹੀਂ ਬਣੀ ਇੱਥੇ ਟੈਕਨੀਕਲੀ, ਇਹ ਪਹਿਲਾਂ ਵੀ ਹੁੰਦੀ ਰਹੀ ਹੈ। ਸਿੰਧ ਘਾਟੀ ਦੀਆਂ ਸਭਿਅਤਾ ਵਰਗੀਆਂ ਸਭਿਅਤਾਵਾਂ ਜਿਹੜੀਆਂ ਦਰਿਆਵਾਂ ਦੇ ਕੰਢੇ 'ਤੇ ਸੀ, ਜਦੋਂ ਦਰਿਆ ਸ਼ਿਫਟ ਹੋ ਗਏ ਤਾਂ ਨਸ਼ਟ ਹੋ ਗਈਆਂ। ਇਕੱਲੀ ਇੱਕ ਨਹੀਂ ਹੋਇਆ ਗਾ, ਔਰ ਪਾਣੀਆਂ 'ਤੇ ਲੜਾਈ ਪਹਿਲਾਂ ਵੀ ਹੁੰਦੀ ਰਹੀ ਹੈ। ਤੁਸੀਂ ਦੇਖਿਆ ਹੋਣਾ ਕਰਬਲਾ ਦੇ ਵਿੱਚ ਇੱਕ ਲੜਾਈ ਹੋਈ ਸੀ ਦਰਿਆ ਦੇ ਕੰਟਰੋਲ ਦੇ ਉੱਤੇ, ਯਾਜ਼ੀਦ ਦੀ ਅਤੇ ਇਮਾਮ ਹੁਸੈਨ ਦੀ। ਇਹ ਕੋਈ ਅੱਜ ਦੀ ਨਵੀਂ ਗੱਲ ਨਹੀਂ ਹੈ, ਜਿਸ ਕਰਕੇ ਇਹ ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ ਹੈਗੀ। ਇਸ ਧਰਤੀ 'ਤੇ ਪਾਣੀ ਕਦੇ ਮੁੱਕ ਨਹੀਂ ਸਕਦਾ, ਕਿਉਂਕਿ ਹਾਈਡ੍ਰੇਟਡ ਇਹ ਜਿਹੜਾ ਹੈਗਾ ਇਹ ਤੁਹਾਡਾ ਹੈਗਾ, ਔਰ ਸਭ ਤੋਂ ਵੱਡਾ ਪਾਣੀ ਦਾ ਸੋਰਸ ਹੈ। ਪਾਣੀ ਕਦੇ ਖਤਮ ਨਹੀਂ ਹੋ ਸਕਦਾ, ਇਹ ਧਰਤੀ 'ਤੇ ਪਾਣੀ ਨਹੀਂ ਖਤਮ ਹੋ ਸਕਦਾ। ਇਟ ਕੈਨ ਨਾਟ ਹੈਪਨ ਵਿਦਆਊਟ ਨੈਚੁਰਲ ਡਿਜ਼ਾਸਟਰ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਟੈਕਨੀਕਲੀ ਸਹੀ ਹੈ ਜਾਂ ਪੋਲੀਟੀਕਲੀ ਸਹੀ ਹੈ? ਟੈਕਨੀਕਲੀ ਸਹੀ ਹੈ, ਪੋਲੀਟੀਕਲੀ ਨਹੀਂ ਮੈਂ ਗੱਲ ਕਰ ਰਿਹਾ, ਮੈਂ ਟੈਕਨੀਕਲੀ ਗੱਲ ਕਰ ਰਿਹਾ। ਸੁਣ ਲਓ, ਭਾਰਤ ਧਰਤੀ ਦੇ ਉੱਤੇ ਪਾਣੀ ਸਾਫ਼ ਕਰਨ ਦਾ ਸਭ ਤੋਂ ਵੱਡਾ ਜ਼ਰੀਆ ਹੈਗਾ ਮੀਂਹ। ਇਹ ਖਾਰੇ ਪਾਣੀ ਨੂੰ ਸਮੁੰਦਰ 'ਚੋਂ ਚੱਕ ਕੇ, ਅਰਬ ਮਹਾਸਾਗਰ ਤੋਂ ਚੱਕ ਕੇ ਤੁਰੰਤ ਜਿਹੜੀ ਹੈ ਉਹ ਤੁਹਾਡੇ ਪੰਜਾਬ ਦੇ ਵਿੱਚ ਮੀਂਹ ਵਰਾ ਦਿੱਤਾ। ਚੰਡੀਗੜ੍ਹ 'ਚ ਕੱਲ੍ਹ ਪਿਆ, ਜਿੰਨਾ ਪਾਣੀ ਚੰਡੀਗੜ੍ਹ 'ਚ ਕੱਲ੍ਹ ਪਿਆ ਇੱਕ ਦਿਨ ਦੇ ਵਿੱਚ, ਉਹਨਾਂ ਚੰਡੀਗੜ੍ਹ ਸਾਰੇ ਸਾਲ 'ਚ ਨਹੀਂ ਪੀਂਦਾ। ਸਿਰਫ ਗੱਲ ਉਹ ਨੀਤੀ ਯੋਗ ਨੇ ਤਾਂ ਬਹੁਤ ਰੌਲਾ ਪਾਉਣਾ ਹੀ ਆ, ਉੱਥੇ ਕੌਣ ਬੈਠੇ? ਬੀਜੇਪੀ ਦੇ ਬੰਦੇ ਬੈਠੇ ਸਾਰੇ, ਉਹਨਾਂ ਨੇ ਰੌਲਾ ਪਾਉਣਾ ਹੀ ਪਾਉਣਾ। ਸੁਣ ਲਓ ਮੇਰੀ ਗੱਲ, ਅਗਲੀ ਗੱਲ ਸੁਣ ਲੈ। ਜੇ ਕੱਲ੍ਹ ਜਿਹੜਾ ਪਾਣੀ ਚੰਡੀਗੜ੍ਹ ਦੇ ਵਿੱਚ ਵਰਿਆ ਰੂਫ ਵਾਟਰ, ਜੇ ਉਹਨੂੰ ਹਾਰਵੈਸਟ ਕਰ ਲਿਆ ਜਾਂਦਾ, ਚੰਡੀਗੜ੍ਹ ਕੋਲ 1 ਸਾਲ ਪੀਣ ਦਾ ਪਾਣੀ ਬਹੁਤ ਸੀਗਾ, ਜਿੰਨਾ ਕੱਲ੍ਹ ਹੀ ਵਰਿਆ ਇਕੱਲੇ ਇੱਕ ਦਿਨ 'ਚ। ਇਹ ਕਹਿਣ ਦੇਣਾ ਕਿ ਧਰਤੀ ਦੇ ਉੱਤੇ ਪਾਣੀ ਦਾ ਕਾਲ ਪਏਗਾ, ਹਾਂ ਧਰਤੀ ਅੱਜ ਜਿੱਥੇ ਤੁਸੀਂ ਬੈਠੇ ਹੋਏ ਸਮੁੰਦਰ ਹੁੰਦਾ ਸੀ ਕਿਸੇ ਵੇਲੇ, ਅੱਜ ਜਿੱਥੇ ਤੁਸੀਂ ਬੈਠੇ ਹੋ ਇਹ ਧਰਤੀ ਮਾਂ ਜਿਹੜੀ ਹੈ ਬਹੁਤ ਵੱਡੀ ਹੈ। 1500 ਮੀਲ ਲੰਮੀ ਪਲੇਟ ਧਰਤੀ ਦੀ ਥੱਲੇ ਡਿੱਗ ਪਈ ਸੀ 500 ਮੀਟਰ, ਅਤੇ ਧਰਤੀ ਵੋਬਲ ਕਰ ਗਈ ਸੀ, ਸਲੋ ਹੋ ਗਈ ਸੀ ਕੁਝ ਸਕਿੰਟਾਂ ਵਾਸਤੇ। ਅੱਜ ਪਤਾ ਲੱਗਦਾ ਆਈਲੈਂਡ ਸ਼ਿਫਟ ਹੋ ਗਏ ਸੀ। ਇਸ ਧਰਤੀ ਮਾਂ ਨੂੰ ਅੰਡਰਐਸਟੀਮੇਟ ਨਾ ਕਰਿਆ ਕਰੋ, ਇਹ ਬਹੁਤ ਵੱਡੀ ਚੀਜ਼ ਹੈ। ਇਹਦਾ ਪਾਣੀ ਨਹੀਂ ਮੁੱਕ ਸਕਦਾ ਕਦੇ ਵੀ, ਪਾਣੀ ਤੇ ਕਦੇ ਇੱਕ ਲੜਾਈ ਨਹੀਂ ਹੋਣੀ, ਸਵਾਦ ਹੀ ਪੈਦਾ ਨਹੀਂ ਹੁੰਦਾ, ਕਦੇ ਲੜਾਈ ਨਹੀਂ। ਸਟੇਟਮੈਂਟ ਨੋਟ ਕਰ ਲਓ, ਟੈਕਨੀਕਲੀ ਲੜਾਈ ਹੋ ਹੀ ਨਹੀਂ ਸਕਦੀ ਪਾਣੀ ਤੇ। ਜਸਤੇ ਸਿੰਘ, ਆਮ ਆਦਮੀ ਪਾਰਟੀ ਕੀ ਕਹਿਣਾ? ਉਹਦਾ ਇਸਤੇਮਾਲ ਠੀਕ ਕਰੋ ਬਸ। ਨਹੀਂ, ਥੋੜਾ ਜਿਹਾ ਮੈਂ ਉਹੀ ਸੋਚ ਰਿਹਾ ਸੀਗਾ, ਮੈਂ ਪਹਿਲਾਂ ਜਿਹੜੀ ਸਟੇਟਮੈਂਟ ਦੇਣਾ ਚਾਹੁੰਦਾ ਸੀਗਾ ਉਹ ਇਨਫੈਕਟ ਕਿੰਗਰਾ ਸਾਹਿਬ ਨੇ ਪਹਿਲਾਂ ਹੀ ਅਫਰਮ ਕਰਤੀ। ਮੈਂ ਜੋ ਕਹਿਣਾ ਚਾਹੁੰਦਾ ਹਾਂ ਉਹ ਬੇਸਿਕਲੀ ਇਹ ਹੈ ਕਿ ਬਈ ਕੋਈ ਵੀ ਇਹਨਾਂ ਦੀ ਕਾਂਗਰਸ ਜਾਂ ਬੀਜੇਪੀ ਦੀ ਸਰਕਾਰ 'ਚੋਂ ਕੋਈ ਜਾਣ ਬੁੱਝ ਕੇ ਲਾਇਬਲ ਨਹੀਂ ਹੈ। ਜਿਵੇਂ ਗੱਲ ਕੀਤੀ ਡਾਕਟਰ ਸਾਹਿਬ ਨੇ ਕਿ ਇਹ ਇਗਨੋਰੈਂਟ ਵੀ ਨੇ ਐਂਡ ਪ੍ਰਵਾਹ ਵੀ ਨਹੀਂ ਮਾਰ ਰਹੇ, ਉਹ ਹੈ ਅਸਲੀ ਕਾਰਨ। ਜਿਵੇਂ ਗ੍ਰੀਨ ਰੈਵੋਲਿਊਸ਼ਨ ਹੋਇਆ ਪੰਜਾਬ ਦੇ ਵਿੱਚ, ਹੁਣ ਇੱਕ ਈਵਨ ਦੀ ਰਿਪੋਰਟ ਆਈ ਹੈ ਜਿਹੜੀ ਕਹਿੰਦੀ ਕਿ ਅੱਜ ਤੋਂ 15-20 ਸਾਲ ਬਾਅਦ ਇੱਥੇ ਰੇਤਾ ਹੋ ਜਾਏਗਾ। ਇਹ ਰਿਪੋਰਟ ਆਈ ਸੀ 4-5 ਸਾਲ ਪਹਿਲਾਂ ਆਈ ਸੀਗੀ। ਅਤੇ ਹੁਣ ਤੁਸੀਂ ਵੀ ਬੀਂਗ ਚੰਡੀਗੜ੍ਹ 'ਚ ਰਹਿੰਦੇ ਹੋਏ, ਤੁਹਾਨੂੰ ਵੀ ਪਤਾ ਕਿ ਇਸ ਸਾਲ ਰੇਤੇ ਦਾ ਤੂਫਾਨ ਬਹੁਤ ਆਇਆ ਚੰਡੀਗੜ੍ਹ 'ਚ ਐਂਡ ਪੰਜਾਬ 'ਚ ਵੀ। ਰੇਤੇ ਦਾ ਤੂਫਾਨ ਕਿਉਂ ਆਇਆ? ਜੇ ਤੁਸੀਂ ਗਲਾਸ ਦੇ ਵਿੱਚ 75%
पर जो 75% तो जो पानी 30% से आ गया ना तो उपर मिट्टी घूमना शुरू कर दें। सो ये शो करता है कि वो जी रिपोर्ट सी यूएन की कि ग्राउंड वैटर वाटर खत्म हो जाएगा, इतने रेता हो जाना, इतने इतने डेजर्ट हो जाएगा पंजाब दे विच, या हर उस थान जिते ग्रीन रेवोल्यूशन होया है वो गल सही हो रही है। पर मतलब ये थोड़ा मैं अफसोस है कि मतलब इतने बैठ के असी बिल्कुल इग्नोरेंट ही हो गए कि नहीं हो ही नहीं सकता, हो ही नहीं सकता। देखो एक स्पैरोज होंदियां सीगियां पहला, ठीक है, अज वो नज़र नहीं आउंदियां, क्यों नहीं आउंदियां, लुप्त हो गई, खत्म हो गई, क्योंकि मोबाइल टावरस आ गए, उन्होंने की बॉडी उस रेडिएशन जर नहीं सकी, ठीक है। सो मतलब इस इंपेंडिंग डेंजर वालों अखा बंद करनिया ये मैं ज़्यादा डेंजरस लग रहा है। मैं तो, पर मैं आई वुड अगेन से कोई जानबूझ के नहीं कर रहा, ये लोग इन्ने इग्नोरेंट हो गए है, ये उस चीज़ को अखा के सामने कोई एक डेंजर मंडरा रहा है उन्होंने इग्नोर कर रहे हैं। ठीक है, प्रसमजीत सिंह, एक रिपोर्ट आई है, रिपोर्ट के विच ये गल कही है कि पानी की कमी ना जिहड़े देश लड़ रहे हैं दुनिया भर में, उन्हें दिल्ली का दूजा नंबर है, 2 लाख लोग है जिहड़े सालाना मरते पे है, ये मनुखी अधिकारां दा कारण नहीं? बिल्कुल यार, मैनू लगता जिन्नी साडी हिंदुस्तान की स्टेट ने लोगों को मिसमैनेज किया आ लोग उन्हें कंपेयर अफरीका के सब सहारा नाल करते हैं, होर नहीं किसी नाल, हालत यह हैगी है। ईवन विद इन एशिया, साउथ एशिया भी जे लाओ जां एशिया लाओ, साडा कोई बहुत चंगे दर्जे नहीं हैगे, ते रोज दीआं रिपोर्टां अंकड़ियां च नहीं जाण दी लोड़। 120 शहरां दी सूची होई है, दिल्ली दूजे नंबर ते है, बिल्कुल बिल्कुल, राजधानी दा हाल है नहीं, बिल्कुल 118 नहीं, तुसीं मोटे तौर ते ला लो भी 118 कंट्रियां दा हंगर इंडैक्स बणिया ते इंडिया उहदे च 100वां नंबर आ। मतलब खाना खरीदण दी भी लोकां दी कैपेसिटी नहीं बना सके, और 15% लोकां दे सिर ते छत नहीं हैगी, इस वेले होमलैस हैगे आ, और 43-45% इत्थों दे बच्चे कुपोषण दा सरकार आ शिकार हैगे आ, जिहड़े अपने आप नूं मतलब एक डाइट भी नहीं दे सकदे। मैं तुहानूं इह क्यों अंकड़े दे रहा कि साडे इंडिया दे विच 1% लोग 73% जिहड़ी आमदन है उहनूं साइफन करी जांदे आ, बाकी 99% नूं 27% ते गुजारा करना पैंदा। इह पाड़ा जिहड़ा इन्ना वधाया उहदे नाल की होया कि सारा कुछ ही विगड़ गया, लोकां दी बहुत वड्डी पापूलेशन बाहर करता, उन्होंने खरीदने की कपैसिटी नहीं छड़ी, और दूजे बंदियां ने तबाही जिस ढंग ना मचाई अपने नफे कमाउण लई कारपोरेट सैक्टर ने, उन्होंने पोल्यूशन का एक्सप्लाइटेशन का जिहदे पत्थर हथ लगा पत्थर कढ़ के लै गया, जिहदा सवाल बड़ा पुट्ठा जिहा है मेरे दिमाग च आ गया, तुसीं कह रहे हो कारपोरेट सैक्टर, जे पीण वाले पानी ते इहो जी रिपोर्ट आंदी है इह मतलब कि पानी दे बोतलां वेचण दी तैयारी तां नहीं हो रही? इह भी हैगी है, मैं बिल्कुल तुसी मेरे मन की गल कही है, मैनू यह लगता कि किसी खास किस्म के पानी नू वेचण दियां एक आधार भी बनाया जा। देखो क्यों मैं ये कह रहा, आज जिहड़े मेरे को अंकड़े आए वो इन्हां दे ही आ, कोई मेरे नहीं हैगे, उहदे च इह कहिंदे कि साडे कोल 16 करोड़ लोगों को पोर्टेबल पानी जिहड़ा वा ड्रिंकिंग साफ पानी नहीं है, 16 करोड़, इत्थे हुण 60 करोड़ कही जांदे आ, इहदा मतलब किते ना किते इन्ना वड्डा फर्क उसे इक्को गवर्नमेंट दे अंकड़ियां दा, ਇਹ ਕਿਤੇ ਦਰਸਾਉਂਦਾ ਕਿ ਕੋਈ ਨਾ ਕੋਈ ਹੋਰ ਕਾਰਪੋਰੇਟ ਸੈਕਟਰ ਦੇ ਨਾਲ ਪਾਣੀ ਵੇਚਣ ਦਾ ਕੋਈ ਆਧਾਰ ਨਹੀਂ ਬਣਾਇਆ ਜਾ ਰਿਹਾ। ਮੈਂ ਇਸ ਸਵਾਲ ਤੇ ਵੀ ਆਉਂਗਾ। ਡਾਕਟਰ ਸਨਵਾਰੀਆ, ਜਿਹੜਾ ਡਾਕਟਰ ਢਿੱਲੋਂ ਨੇ ਇੱਕ ਗੱਲ ਕਹੀ ਹੈ ਕਿ 10,000 ਕਰੋੜ ਤੁਸੀਂ ਕਹਿ ਰਹੇ ਹੋ, ਹਾਂਜੀ 10,000 ਕਰੋੜ ਕਿਹਾ ਤੁਸੀਂ, 10,000 ਕਰੋੜ ਰੁਪਈਆ ਬੀਬੀ ਸਾਧਵੀ ਜਿਹੜੀ ਮਿਨਿਸਟਰ ਆ ਉਸ ਨੂੰ ਦਿੱਤਾ ਸੀ ਕਿ ਗੰਗਾ ਦਾ ਜਿਹੜਾ ਪਾਣੀ ਆ ਉਸਦੀ ਪੋਲਿਊਸ਼ਨ ਖਤਮ ਕਰੇ ਔਰ ਉਸਨੂੰ ਪ੍ਰੋਪਰਲੀ ਡਰੇਨ ਕਰੇ ਤਾਂ ਕਿ ਉਹ ਪ੍ਰੋਪਰਲੀ ਚੱਲ ਸਕੇ। ਸਮਾਰੀ ਸਾਹਿਬ, ਜਦੋਂ ਐਨਡੀਟੀ ਇਹ ਗੱਲ ਕਹਿੰਦਾ ਕਿ ਸਾਨੂੰ ਲੱਗਦਾ ਹੀ ਨਹੀਂ ਸ਼ਾਇਦ ਇਹਨਾਂ 'ਤੇ ਕੋਈ ਕੰਮ ਹੋਇਆ, ਤਾਂ ਫਿਰ ਤੁਸੀਂ ਜਾਂਚ ਕਿਉਂ ਨਹੀਂ ਬਿਠਾ ਦਿੰਦੇ ਇਸ 'ਤੇ? KP ਜੀ, ਕਿ ਗੰਗਾ 'ਤੇ ਜਾਂਚ ਨਹੀਂ ਬਿਠਾ ਸਕਦੇ? KP ਜੀ, ਸਭ ਤੋਂ ਪਹਿਲਾਂ ਤਾਂ ਮੈਂ ਬੜੇ ਵਿਨਮਰ ਸੁਭਾਅ ਨਾਲ ਦੱਸ ਰਿਹਾ ਕਿ ਅੱਜ ਦਾ ਮੁੱਦਾ ਜਿਹੜਾ ਹੈ ਪਾਣੀ ਦਾ ਸੀ, ਤੁਸੀਂ ਕਿਹਾ ਸੀ ਔਰ ਤੁਸੀਂ ਇੰਟਰੋਡਕਸ਼ਨ 'ਤੇ ਕਿਹਾ ਕਿ ਪ੍ਰੋਫੈਸਰ ਢਿੱਲੋਂ ਸਾਡੇ ਐਕਸਪਰਟ ਆਦਮੀ ਨੇ, ਪਰ ਜਿਹੜਾ ਇਹਨੇ ਦੇ ਉਦਗਾਰ ਮੈਂ ਸੁਣੇ ਤਾਂ ਮੈਨੂੰ ਤਾਂ ਲੱਗਦਾ ਹੈ ਕਿਸੇ ਪਾਰਟੀ ਦੇ ਸਪੋਕਸਮੈਨ ਨੇ ਕਿ ਚਲੋ ਤੁਸੀਂ ਇਹਨੂੰ ਕਿਸੇ ਪਾਰਟੀ ਦਾ ਸਪੋਕਸਮੈਨ ਮੰਨ ਲਓ, ਨਾ ਹੁਣ ਡਾਕਟਰ ਸਨਵਾਰੀ ਤੁਸੀਂ ਇਹਨੂੰ ਕਿਸੇ ਪਾਰਟੀ ਦਾ ਸਪੋਕਸਮੈਨ ਮੰਨ ਕੇ ਚੱਲ ਲਓ, ਮੈਂ ਮੋਦੀ ਨੂੰ ਕੰਪਲੇਂਟ ਨਹੀਂ ਪਾਣੀ ਤੇ ਗਲਾ ਕਿਉਂ ਸੁੱਕ ਜਾਂਦਾ ਆ ਰਿਹਾ ਉੱਥੇ, ਉਹ ਮੋਦੀ ਨੂੰ ਇਦਾਂ ਐਕਸਪਰਟ ਉੱਪਰ ਪਰਸਨਲ ਅਟੈਕ ਨਾ ਕਰੋ ਜੋੜਨ ਵਾਸਤੇ, ਇਹਨਾਂ ਦਾ ਮੈਂਟਲ ਉਹ ਦੱਸ ਰਿਹਾ ਹੈ ਕਿ 4 ਮੱਠਾ ਦੇ, ਮਤਲਬ ਮੈਂ ਉਹਦੇ ਡਿਟੇਲ ਵਿੱਚ ਨਹੀਂ ਜਾਣਾ ਚਾਹੁੰਦਾ, ਇਹਨਾਂ ਨੇ ਕੈਟਾਗੋਰੀ ਤੁਸੀਂ ਫੇਰ ਇਸ ਬਹਿਸ ਨੂੰ ਧਰਮ ਤੇ ਕਿਉਂ ਲੈ ਗਏ? ਅਸੀਂ ਧਰਮ ਤੇ ਹੀ ਖੜੇ ਹੋਏ ਹਾਂ, ਕਿੱਦਾਂ ਜ਼ਿਕਰ ਕਰ ਰਹੇ ਕਿ ਬੁਨਿਆਦੀ ਬੁਨਿਆਦੀ ਚੀਜ਼ਾਂ ਦੀ ਜੋੜਾ ਉਪਰੀ ਹੋਰ ਨਾ ਬਣਾ ਲੈਂਦੇ ਤਾਂ ਤੁਸੀਂ ਨਾ ਕਹਿੰਦੇ। ਹੁਣ ਇਹ ਬਾਤ ਕਹਦਾ ਕਿ ਇੱਥੇ ਵਾਟਰ ਮੈਨੇਜਮੈਂਟ ਦੀ ਕਮ ਹੈ, 10,000 ਉਹਨਾਂ ਨੇ ਮਿਨਿਸਟਰ ਨੂੰ ਨਹੀਂ ਦਿੱਤੇ ਸੀ, ਉਹ ਮਿਨਿਸਟਰ ਨੂੰ ਦਿੱਤੇ ਜਾਂਦੇ ਨੇ। ਆਪ ਜੀ ਦਾ ਮੈਂ ਧਿਆਨ ਦੇਣਾ ਚਾਹਿਆ, ਕਿਸੇ ਮਿਨਿਸਟਰ ਨੂੰ 10 ਲੱਖ ਰੁਪਏ, 10,000 ਕਰੋੜ ਰੁਪਏ ਨਹੀਂ ਮਿਲਦੇ, ਮਿਨਿਸਟਰ ਨੂੰ ਦਿੱਤੇ ਜਾਂਦੇ ਨੇ। ਬਟ ਅਸੀਂ ਮੰਨਦੇ ਨੇ
कि जेडी गंगा दी सफाई काम किने करवाना सी ओ जे ओ बजट रखा गया सी कर रहे ने सैंक्शन हुई है सी ना चीजा सरिया हां कम कम हो रहा है गंगा प्रोजेक्ट कोई छोटा जा प्रोजेक्ट नहीं है इट्स अ ह्यूज प्रोजेक्ट और जेडी पानी दी कमी घाट हो रही है जो प्रोफेसर ओ चिंता दा विषय है पानी दी हुन प्रोफेसर ने दसया जे इनते काम नहीं होया एनजीटी इनते खर्चा पकटा रहा जांच होनी चाहिए कि मेरा सवाल बड़ा सिंपल है जांच जे कोई सानू प्रूफ देंदा है कि इथे पैसे मिसयूज होए ने जिदा दी पहले मिसयूज होंदे रहे ने हुन इन्होंने ए कहया कि जी पानी दी कमी नहीं है मैं उस ते डिटेल ना जांदे मैं कहना चाहूंगा कि मैनेजमेंट वाटर दा ਉਹ ਕਾਫੀ ਡਿਫੈਕਟਿਵ ਹੈ ਸਾਨੂੰ ਮੈਨੇਜਮੈਂਟ ਬਹੁਤ ਤਰ੍ਹਾਂ ਦਾ ਠੀਕ ਕਰਨਾ ਪਊਗਾ ਤਬ ਜਾ ਕੇ ਚਲੋ ਡਾਟਾ ਢਿਲੋ ਮੈਂ ਆ ਰਿਹਾ ਤੁਹਾਡੇ ਕੋਲ ਇੱਕ ਥੋੜਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਮੈਨੇਜਮੈਂਟ ਹੈ ਪਾਣੀ ਦੀ ਉਹ ਠੀਕ ਕਰਨਾ ਪਵੇਗੀ ਮੈਨੇਜਮੈਂਟ ਕਿਹੜੀ ਕੀਤੀ ਜਾ ਰਹੀ ਹੈ ਤੇ ਕਿਹੜੀ ਹੋਣੀ ਚਾਹੀਦੀ ਹੈ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦੇ ਪਾਣੀਆਂ ਦੇ ਬਾਰੇ ਕਿਹਾ ਜਾਂਦਾ ਕਿ 138 ਬਲਾਕ ਸਾਡੇ ਡਾਰਕ ਜ਼ੋਨ ਵਿੱਚ ਚਲੇ ਗਏ ਕਿ ਜਦੋਂ ਇਹੋ ਜਿਹੀ ਸਥਿਤੀ ਆ ਜਾਵੇ ਤੇ ਫਿਰ ਪੰਜ ਪਾਣੀਆਂ ਵਾਲਾ ਆਬ ਹੈ ਜਿਹੜਾ ਪੰਜ ਪਾਣੀਆਂ ਵਾਲਾ ਪੰਜਾਬ ਹੈ ਜਿਹੜਾ ਢਾਈ ਦਰਿਆਵਾਂ ਦੀ ਧਰਤੀ ਜਿੰਦੀ ਰਹਿ ਜਾਂਦੀ ਹੈ ਕੀ ਹੈ ਉੱਥੇ ਪਾਣੀ ਨਾਲ ਹੀ ਲੋਕ ਜਦੋਂ ਮਰਨ ਲੱਗ ਪੈਣ ਜਦੋਂ ਪਾਣੀ ਖੇਤਾਂ ਨੂੰ ਨਾ ਮਿਲੇ ਤਾਂ ਫਿਰ ਸਵਾਲ ਉੱਠਣੇ ਲਾਜ਼ਮੀ ਹੈ ਕਿ ਹੈ ਅਤੇ ਇੱਧਰੋਂ ਜਦੋਂ ਪੈਨਲ ਦੇ ਵਿੱਚ ਇਹ ਗੱਲ ਆਉਂਦੀ ਹੈਗੀ ਹੈ ਕਿ ਪਾਣੀ ਕਦੇ ਮੁੱਕੇਗਾ ਨਹੀਂ ਫਿਰ ਸਵਾਲ ਤਾਂ ਬਹੁਤ ਬਣਦੇ ਹੈ ਕਿ ਹੈ ਸਿਆਸਤ ਜਾ ਕੇ ਜ਼ਰੂਰ ਰਹੀ ਹੈ ਬ੍ਰੇਕ ਤੋਂ ਵਾਪਸ ਆ ਰਹੇ ਅਤੇ ਲੋਕ ਸਭਾ ਵਿੱਚ ਕੇਂਦਰੀ ਰਾਜ ਮੰਤਰੀ ਦੇ ਪੀਣ ਵਾਲੇ ਪਾਣੀ 'ਤੇ ਦਿੱਤੇ ਬਿਆਨ 'ਤੇ ਕੌਣ ਬੋਲੇਗਾ ਡਾਕਟਰ ਢਿੱਲੋ ਮੇਰੇ ਪਹਿਲੇ ਸਵਾਲ ਦਾ ਜਵਾਬ ਦੇ ਉਦੋਂ ਬਾਅਦ ਦੂਜਾ ਸਵਾਲ ਤੁਹਾਨੂੰ ਕਰਨਾ ਡਾਕਟਰ ਢਿੱਲੋ ਜਿਹੜੇ ਇਹ 2 ਲੱਖ ਲੋਕ ਦੱਸੇ ਜਾਂਦੇ ਆ ਕਿ ਮਰ ਜਾਂਦੇ ਹੈਗੇ ਆ ਇਹਨਾਂ ਨੂੰ ਮਾਰਨ ਵਾਲਿਆਂ 'ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਕਿ ਦੇਖੋ ਇਹਨਾਂ ਨੂੰ ਮਾਰਨ ਵਾਲਿਆਂ ਦਾ ਤਾਂ ਕਈ ਵੈਸਟਡ ਇੰਟਰਸਟ ਆ ਪਹਿਲੀ ਰਿਸਪੋਂਸੀਬਿਲਟੀ ਤਾਂ ਸਰਕਾਰ ਦੀ ਆ ਜਿਹੜੀ ਉਸ ਮੌਕੇ ਦੀ ਸਰਕਾਰ ਆ ਚਾਹੇ ਸੂਬੇ 'ਚ ਸਰਕਾਰ ਆ ਚਾਹੇ ਸੈਂਟਰ 'ਚ ਸਰਕਾਰ ਆ ਔਰ ਦੂਸਰੀ ਇੰਪੋਰਟੈਂਟ ਆ ਜਿਹੜੇ ਲੋਕ ਉਹ ਪਾਣੀ ਸਪਲਾਈ ਕਰਦੇ ਆ ਪੋਲਿਊਟਡ ਪਾਣੀ ਲੋਕਾਂ ਨੂੰ ਦਿੰਦੇ ਆ ਜਿਸ ਤਰ੍ਹਾਂ ਟੈਂਕਾਂ 'ਚ ਪਾ ਕੇ ਜਾਂ ਹੋਰ ਜ਼ਰੀਆਂ ਦੇ ਨਾਲ ਉਹ ਸਪਲਾਈ ਕਰਦੇ ਉਹ ਵੀ ਜ਼ਿੰਮੇਵਾਰ ਆ ਤਾਂ ਡਾਕਟਰ ਸਾਹਿਬ ਨੇ ਮੇਰੇ 'ਤੇ ਇਲਜ਼ਾਮ ਲਾਇਆ ਵੀ ਮੈਂ ਪੋਲੀਟੀਕਲ ਆਦਮੀ ਹਾਂ ਪੋਲੀਟਿਕਸ ਨੂੰ ਮੈਂ ਅੰਡਰਸਟੈਂਡ ਜ਼ਰੂਰ ਕਰਦਾ ਪਰ ਮੇਰਾ ਕਿਸੇ ਪਾਰਟੀ ਦੇ ਨਾਲ ਟੀਵੀ ਤੇ ਕਿਹਾ ਤੁਸੀਂ ਚਲੋ ਆਪਾਂ ਸੁਣ ਲਈਏ ਮੇਰਾ ਕਿਸੇ ਪਾਰਟੀ ਨਾਲ ਕੋਈ ਐਫੀਲੀਏਸ਼ਨ ਨਹੀਂ ਮੇਰੀ ਕਿਸੇ ਪਾਰਟੀ ਦੇ ਨਾਲ ਕੋਈ ਤਲੁਕ ਨਹੀਂ ਮੈਂ ਜਿੱਥੇ ਮੈਨੂੰ ਠੀਕ ਲੱਗਦਾ ਉੱਥੇ ਮੈਂ ਗੱਲ ਕਰਦਾ ਹੁਣ ਮੈਂ ਜਿਹੜੀ ਇਹ ਗੱਲ ਕਹੀ ਆ ਵੀ 10,000 ਕਰੋੜ ਰੁਪਈਆ 2014 'ਚ ਮੋਦੀ ਸਾਹਿਬ ਨੇ ਗੰਗਾ ਦੀ ਪੋਲਿਊਸ਼ਨ ਲਈ ਅਤੇ ਉਸ ਦੀ ਡਿਵੈਲਪਮੈਂਟ ਲਈ ਦਿੱਤਾ ਹੈਗਾ ਉਹ ਮਿਨਿਸਟਰੀ ਨੂੰ ਦਿੱਤਾ ਕਿਹਨੂੰ ਦਿੱਤਾ ਔਰ ਰਿਪੋਰਟ ਆ ਹੁਣ ਗਵਰਨਮੈਂਟ ਮਾੜਾ ਸੁਣ ਲਓ ਕੇਂਦਰ ਸਰਕਾਰ ਨੇ ਰਾਜ ਸਭਾ ਵਿੱਚ ਦੱਸਿਆ ਕਿ ਸਾਲ 2010 ਤੋਂ ਸਾਲ ਜੂਨ 2018 ਤੱਕ ਗੰਗਾ ਨਦੀ ਦੀ ਸਫਾਈ ਦੇ ਲਈ 3,867 ਕਰੋੜ ਰੁਪਏ ਤੋਂ ਵੱਧ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ ਇਹ ਡਾਕਟਰ ਸਤਪਾਲ ਸਿੰਘ ਨੇ ਰਾਜ ਸਭਾ ਵਿੱਚ ਜਾਣਕਾਰੀ ਦਿੱਤੀ ਮੇਰੀ ਗੱਲ ਸੁਣ ਲਓ ਨਾ ਰਿਪੋਰਟ ਲੇਟੈਸਟ ਗਵਰਨਮੈਂਟ ਦੀ ਆ ਸੰਡੇ ਟ੍ਰਿਬਿਊਨ 'ਚੋਂ ਛਪੀ ਵੀ ਆ ਵੀ 2014 ਤੋਂ ਬਾਅਦ ਗੰਗਾ ਦਾ ਪਾਣੀ ਉਦੋਂ ਵੀ ਜ਼ਿਆਦਾ ਪੋਲਿਊਟ ਹੋ ਗਿਆ ਇਹ ਹੁਣ ਇਹ ਜਾਣਨ ਜਾਂ ਇਹਨਾਂ ਦਾ ਕੰਮ ਜਾਣੇ ਕਿਉਂਕਿ ਸਰਕਾਰ ਇਹਨਾਂ ਦੀ ਹੈ ਤੋ ਗੱਲ ਇਹ ਆ ਵੀ ਇਸ ਪਾਣੀ ਦੇ ਮੁੱਦੇ ਦੇ ਉੱਤੇ ਕੋਈ ਸਰਕਾਰ ਵੀ ਸੁਹਿਰਦ ਨਹੀਂ ਪਾਣੀ ਪੰਜਾਬ ਦਾ ਲੁੱਟ ਲਿਆ ਅਨਕੰਸਟੀਟਿਊਸ਼ਨਲੀ ਦੂਜੇ ਸੂਬਿਆਂ 'ਚ ਲਿਜਾ ਕੇ ਉਸ ਦੀ ਯੂਟੀਲਾਈਜੇਸ਼ਨ ਕੀਤੀ ਉਸ ਵੇਲੇ ਇੱਕ ਮਿਸਟਰ ਲੀਲੀਅਨ ਸੀ ਵਰਲਡ ਬੈਂਕ ਦੇ ਬਹੁਤ ਵੱਡੇ ਆਫਿਸਰ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਪੰਜਾਬ ਦਾ ਪਾਣੀ ਬਾਹਰ ਲਿਜਾਇਆ ਜਾ ਰਿਹਾ ਰਾਜਸਥਾਨ ਦੇ ਵਿੱਚ ਜਾਂ ਹਰਿਆਣਾ ਵਿੱਚ ਉਸ ਦੇ ਵਿੱਚੋਂ 40% ਆਫ ਦੀ ਟੋਟਲ ਵਾਟਰ ਜਾਂ ਤਾਂ ਵੈਪੋਰੇਸ਼ਨ ਹੋ ਜਾਂਦੀ ਹੈ ਜਾਂ ਉਹਦੀ ਸੀਪੇਜ ਹੋ ਜਾਂਦੀ ਹੈ ਔਰ ਉਸ ਦੀ ਬੈਸਟ ਯੂਟੀਲਾਈਜੇਸ਼ਨ ਕ੍ਰੋਪ ਨੂੰ ਮਲਟੀਪਲਾਈ ਕਰਨ ਲਈ ਪੰਜਾਬ 'ਚ ਹੋਣੀ ਚਾਹੀਦੀ ਸੀ ਹੁਣ ਦੂਜੇ ਪਾਸੇ ਕੀ ਆ ਰਾਜਸਥਾਨ ਦੇ ਵਿੱਚ ਰਾਜਸਥਾਨ ਦੀ ਜਿਹੜੀ ਉੱਪਰਲੀ ਧਰਤੀ ਆ ਉਹਦੇ 'ਚ ਰੇਤ ਆ ਨੀਚੇ ਪੱਥਰ ਆ ਉਹਦੀ ਸੀਪੇਜ ਹੁੰਦੀ ਨਹੀਂ ਉਹਦੀ ਸੀਪੇਜ ਹੁੰਦੀ ਨਹੀਂ ਉਹ ਬਲਕਿ ਉੱਥੇ ਦੀ ਇਕੋਲੋਜੀ ਨੂੰ ਬਹੁਤ ਜ਼ਿਆਦਾ ਡੈਮੇਜ ਕਰ ਰਿਹਾ ਪਰ ਬਾਵਜੂਦ ਕਿਉਂਕਿ ਪਾਣੀ ਦੇ ਨਾਲ ਇੱਕ ਗੱਲ ਹੋਰ ਬਹੁਤ ਇੰਪੋਰਟੈਂਟ ਜੁੜੀ ਹੋਈ ਆ ਉਹ ਹਾਈਡਲ ਪਾਵਰ ਆ ਜਿੰਨੀ ਰੇਸ਼ੋ 'ਚ ਪਾਣੀ ਜਾਏਗਾ ਉਨੀ ਰੇਸ਼ੋ ਦੇ ਵਿੱਚ ਹਾਈਡਲ ਪਾਵਰ ਵੀ ਜਾਂਦੀ ਹੈ ਜਿਹੜੀ ਕਿ ਚੀਪੈਸਟ ਅਵੇਲੇਬਲ ਐਨਰਜੀ ਆ ਟੂ ਦੀ ਮੈਨਕਾਈਂਡ ਇਸ ਵੇਲੇ ਤੋ ਇਸ ਕੰਟੈਕਸਟ ਦੇ ਵਿੱਚ ਪੰਜਾਬ ਨੂੰ ਤਾਂ ਲੁੱਟ ਲਿਆ ਪੰਜਾਬ ਨੂੰ ਤਾਂ ਬਰਬਾਦ ਕਰ ਦਿਆ ਔਰ ਪੰਜਾਬ ਨੂੰ ਜਦੋਂ ਪਾਣੀ ਪੰਜਾਬ ਦਾ ਦਰਿਆਵਾਂ ਦਾ ਬਾਹਰ ਲੈ ਗਏ ਤਾਂ ਉਸ ਤੋਂ ਬਾਅਦ ਉਹਨਾਂ ਕੋਲ ਅਲਟਰਨੇਟਿਵ ਰਹਿ ਗਿਆ ਜ਼ਿਮੀਂਦਾਰਾਂ ਦੇ ਕੋਲ ਕਿ ਉਹ ਧਰਤੀ ਦੇ ਵਿੱਚੋਂ ਪਾਣੀ ਕੱਢਣ ਹੁਣ ਧਰਤੀ ਦਾ ਜਿਹੜਾ ਪਾਣੀ ਆ ਐਕੁਫੇਅਰ ਉਸ ਨੂੰ ਕਹਿੰਦੇ ਆ ਉਹ ਆਲਮੋਸਟ ਖਤਮ ਹੋ ਚੁੱਕਿਆ ਔਰ ਉਸ ਦੇ ਵਿੱਚ ਜਿਹੜੀਆਂ ਵਾਟਰ ਬੋਡੀਜ਼ ਹੈਗੀਆਂ ਅਨਫੋਰਚੂਨੇਟਲੀ ਉਹ ਪੰਜਾਬ ਦੇ ਕਿ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਤੋ ਨਾ ਕੋਈ ਸਰੋਵਰ ਰਿਹਾ ਨਾ ਕੋਈ ਟੈਂਕ ਰਿਹਾ ਨਾ ਕੋਈ ਛੱਪੜ ਰਿਹਾ ਕੋਈ ਚੀਜ਼ ਨਹੀਂ ਰਹੀ ਸਾਰੀ ਲੋਕਾਂ ਨੇ ਵਾਹ ਲਈ ਜ਼ਮੀਨ ਮਤਲਬ ਤੁਸੀਂ ਇੰਨਾ ਕੁਝ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਪਾਣੀ ਤੇ ਲੜਾਈ ਹੋਣੀ ਹੈ ਮੈਂ ਕਹਿ ਰਿਹਾ ਇਧਰ ਕਿੰਗਰਾ ਸਾਹਿਬ ਇਹ ਗੱਲ ਕਹਿ ਰਹੇ ਪਾਣੀ ਕਦੇ ਮੁੱਕੇਗਾ ਹੀ ਨਹੀਂ ਟੈਕਨੀਕਲੀ ਗੱਲ ਆ ਟੈਕਨੀਕਲੀ ਆਪਦੇ ਆਪ ਨੂੰ ਰਾਈਟ ਕਰਾ ਲਿਆ ਮੈਂ ਜੋ ਕਹਿ ਰਿਹਾ ਉਹ ਬੇਸਿਸ ਹੈ ਔਨ ਦੀ ਇਨਫੋਰਮੇਸ਼ਨ ਅਵੇਲੇਬਲ ਟੂ
मैनकाइंड अपने ढंग कह रहे हैं इन्होंने ज्यादा पता होगा पर मेरी अंडरस्टैंडिंग नॉलेज टेक्निकली सही है या पॉलिटिकली सही है वो तो मैं नहीं पता इट इज अप टू हिम टू से व्हाटएवर ही थिंक्स मैनू एक सवाल का जवाब दो जिहड़ी गल तुसीं कह रहे हो ये तुहाडी पार्टी की लाइन है पार्टी की कोई लाइन नहीं ये अज जिहड़ा मुद्दा हैगा ये नॉन पोलीटिकल मुद्दा है इहदे उत्ते मैं अज बिल्कुल साइंटिफिकली नॉन पोलीटिकल बोलांगा बिल्कुल पॉलिटिक्स नहीं ज्यादा डॉक्टर ढिल्लों पॉलिटिक्स कर रहे सुन लो नहीं कर रहे मैं नहीं किया कोई तो कर रहा ना फिर नहीं डॉक्टर ढिल्लों का अपना व्यू है एनवायरमेंट के लोगों के व्यू है मेरा अपना व्यू है देखो जे तुसी पुराने किसी बिल्डिंगा जाओ FRI देहरादून चले जाओ IMA देहरादून चले जाओ राष्ट्रपति भवन चले जाओ नॉर्थ ब्लॉक साउथ ब्लॉक चले जाओ तुसी देखिया ना उत्थे ड्यूअल वाटर सप्लाई सी ओ तुसी पीने वाला पानी टैंकी च फ्लश दी च बहा दिंदे हो चंडीगढ़ च किसी ने सोचा कदे कि एक बंदा दिन दे विच 3 लीटर पानी पींदा ते 40 लीटर पानी ओ नाले च रोड़ दिंदा हैज एनी इंजीनियर थॉट अबाउट इट ये जिहड़ियां गल्लां ने पानी जिहड़ा मिसमैनेज्ड है पानी घट नहीं है साडे कोले 40 लीटर पानी तुसी टॉयलेट च डोलदे हो रोज एक बंदा ते पीने हो 3 लीटर ते तुसी कहना पीने वाले पानी का काल आ जाएगा नहाने लगे तुसी उसे क्लोरीनेटेड वाटर नाल नहाउंदे हो जिस ओही क्लोरीनेटेड वाटर तुसी जिहड़ी लॉन नूं लाउंदे हो ओही क्लोरीनेटेड वाटर तुसी उहदे बूटियां ते पाउंदे हो उहनां नाल कारां धोंदे हो जदों तुसी पीण वाले पानी नाल कारां धोओगे जदों तुसी पीण वाला पानी फ्लश डोलोगे जदों पीण वाले पानी नाल तुसी नहाओगे ते फिर तां भाई शॉर्टेज आउणी है बर्बाद कर दे जे बर्बाद कर दे पानी इना आ रहा बर्बाद कर देंगे फिर की फर्क पैंदा पानी तां आ रहा महात्मा गांधी ने कहा पिंडां नूं शहर अर्गे बना दिओ ते शहर जिहड़े आ इन्ने नहीं वधणगे तुहाडे शहर इन्ने वध चुके है कि दे आर बस्टिंग एट सीम्स दी तुसी एक गल करियो जिन्नी माइग्रेशन दिल्ली च हो रही है या जिन्नी माइग्रेशन बॉम्बे च हो रही है लोगों की उन्हां लोगों वास्ते पानी पैदा करना जिहड़ा एक परपैचुअल समस्या है क्यों नहीं तुसी अमरीका चले जाओ तुसी किसी भी डेवलप देश चले जाओ मेरी गल ध्यान नाल सुनियो जे उन्हां दे पिंड भी ओडे ही सोहणे है जिहड़ा न्यूयॉर्क सोहणा है ये नहीं गा कि जिहड़ा घटिया टीचर है उहनूं पिंड चला दिओ पाड़ा असीं आप वधा रहे हैं हां ठीक है जिहड़ा पाड़ा वधिया उहदी वजह नाल थोड़ी समस्या वध रही है पाड़ा वध रहा है सानूं समझ नहीं आ रही पानी की कोई कमी नहीं है कमी कोई नहीं हैगी सानूं मैनेजमेंट नहीं मैनेजमेंट नहीं कर रहे तुसी पानी की कमी ना कहो फिर मिसमैनेजमेंट प्रबंधन जिहड़ा साडा हां इत्थे खड़ो आ जल प्रबंधन साडा खराब है जिहड़ी गल हो रही है पोर्टेबल वाटर की हो रही है जिवें डॉक्टर ढिल्लों साहब ने कहा पोर्टेबल वाटर मीनस ड्रिंकिंग वाटर एंड जिहड़े तत्थ इत्थे किंगरा साहब ने छेड़े आ मोस्टली इट परटेन्स टू मैट्रो सिटीज पर जे तुसी पिंडां च जाओ उत्थे फ्लश सिटन वाला पानी ते पीन वाले पानी च बहुत अंतर है उत्थे जिहड़ा फ्लश सिटे आ क्लोरीनेटेड नहीं है उत्थे जदों पीन वाला पानी हुंदा उहदे वास्ते औरतां नूं पहला एक होर रिपोर्ट है अज तो 15 साल पहला औरतां नूं 1-1, 2-2 किलोमीटर तुरना पैंदा सीगा हुण 10 किलोमीटर तुरना पै रहा है ते उह जिहड़ा पीन वाला पानी है तुहानूं लगदा फ्लश सिटणगीआं सो ये मतलब गल थोड़ी जी मतलब प्रैक्टिकलिटी तो थोड़ी दूर है देखो सानू समझना पड़ेगा हाँ जी मतलब देर इज अ डिफरेंस बिटवीन ड्रिंकिंग वाटर पोर्टेबल वाटर पीन वाला पानी है जिदे बारे रिपोर्ट है ठीक है ना वो रिपोर्ट जे तुसी ध्यान नाल देखो उहदे बारे एक तत्थ होर भी सामने आया सीगा कि 2030 तक जब तक ये डबल होएगी ना ते 6% GDP KPG 6% GDP भी फॉल करेगी ते आज दी डेट जे साडी GDP 8% है जे उस वेले 8% होई सोचो 2% रह जानी सो झारखंड हरियाणा उत्तर प्रदेश ते बिहार है जिहड़े ओ जल प्रबंधन दे मामले विच सब तो खराब सूबे है GDP दा एब्सोल्यूट फिगर ठीक है इहदे विच BJP शासित प्रदेश भी हैगे आ फिर असीं इहनूं किवें पोलिटिकल एंगल नाल जोड़ीए इस रिपोर्ट नहीं ओ चलो मतलब हुण आए तें दिन ते जुम्मा जुम्मा हुणे राज आया ये देखो ओवरऑल मिसमैनेजमेंट दे आ BJP दा होए जां इहे इन्हां ने ये काफ़ी क्या सी जिहड़ा बार बार गल आ रही है कि गंगा दा हो रहा क्योंकि उहदे नाल धर्म भी गंगा साडी माता उस तरह के गाने होर कल्चर सभ्याचार सभ्यता जुड़ी हुई करके वो पैसा भी दिता वो नहीं होया वो एक गल लग गया पर मेरा ख्याल जिहड़ा अज असीं मुद्दा छेड़ रहे हां उहदे च मेन गल आ कि असी एक तो जिहड़ा एकोलॉजिकल बैलेंस साडा जिहड़ा
बैलेंस बनिया कि साढ़े जंगल रखने किन्नी असी धरती वाहनी आ कि असी अर्बनाइजेशन करनी किन्ने रूरल एरिए वो सारे का सारा जो पिछले समय च बहुत व्डे पद्धर से वो बैलेंस विगड़िया पंजाब के ही 3% फॉरैसट रह गया पहले इतने 23-35% जोड़े आ काफ़ी वड्डी गिनती हुशियारपुर तो सारा जोड़ा कंडी का एरिया सारा देखो हाँ बहुत हूँ देखो साढ़े दरिया से दरिया वगते से वो पानी जोड़ा सीपेज जाता से थले जो जिन्हें एरिए थले अंडरग्राउंड वाटर आ इक्विफर जिन्होंने कहेंगे असं पानी की जी धरती थले पानी वो रीचार्ज हो जाता से पानी उपर आ जाता है हूँ वो पानी असी नहर च पा के बंद बना के कुछ हरियाणे च भेजता कुछ असी दिल्ली भेजता ज थोड़ा जहा दिल्ली भेजा ज़्यादा राजस्थान भेजता तो सानू पंजाब नू डेफिशिएट हो गया थले पानी असी कढ़ लिया होर ते 40 ऐसे रिपोर्ट दे विच लिखा के 40% पानी जेड़ा ड्रिंक पानी ते इन्ना आ रहा है प्रोफेसर मजीद सिंह तुसी आप दे तरफ नहीं 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 ओ किंगरा साहब ये कह रहे हैं कि पानी बहुत आ रहा है मैं उस गल ते भी असि मैनेज नहीं कर पा रहे उन्नू मैं उस गल ते भी आउना पर नाल ही साडे कोल ट्रेडिशनली बहुत वड्डियां वड्डियां वाटर बॉडीज हुंदियां सी साउथ इंडिया के भावें आंध्र प्रदेश या महाराष्ट्र वड्डे वाटर स्टोरेज टैंक्स होंगे वो सारे तबाह करते वो खत्म हो गए पानी एकदम आउंदा चले जाता हूँ तुम अज भी हूँ भी देख लो बिहार के 35 जिले जोड़े आ सोके की लपेट के आसाम के हाड़ आई जाता मा जो बॉम्बे आ डुबिया पिया मतलब कितने हाड़ आ जाएंगे ये अमरीका च भी होर जगह भी हो गया कितने हाड़ आ जाएंगे कितने सोका पै जूगा असी सारा बैलेंस बिगाड़ लिया एक दो 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 किस्म दी गल्लां आ एक तो बैलेंस दोबारा रीस्टैबलिश करने की लोड़ है जो अन्नेवाह नेचर नाल तबाही मचाओगे तो उदा रेपरकशन होणगे नंबर दो सानू जिहड़ा जिन्ना पानी डिगदा जिहड़ा किंगरा जी कहिंदे आ वो असीं मैनेज नहीं कर रहे वो तो फ्लड होके चले जांदा इस करके उहनू किवें स्टोरेज रखना माइक्रो बंद बनाउणे आ होर करने आ पिंडां दे विच तुसीं रीचार्ज करन लई जिहड़े छप्पड़ हुंदे सी उहनू दुबारा किवें पुट के बनाउणे आ जां जिहड़े टैंक सिस्टम सी बहुत वड्डा इंडिया दे विच उहनू किवें दुबारा उहनू शुरू उहनां नू लाइफ लिआउणी उहदे च इह जे हो जाणगे ते मेरा ख्याल इस इहो जे संकट चों बचेंगे छोटा ब्रेक लैणा ब्रेक तों वापस आवांगे गल बैलेंस दी होई आ संतुलन दी होई आ जे संतुलन खराब हो जूगा तां फिर बहुत चीज़ां खराब हो जाएंगी संतुलन सानू भी बनाना पवेगा जो असी भी वक् वक् मुद्दों पर बहस करते हैं तो बुनियादी जरूरत से बुनियादी लोड़ों पर भी सानू बहस करने की जरूरत हैगी है सिर्फ सियासत की लाइन पर बहस करना कुछ नहीं होना का क्योंकि सियासत ने तो आपका काम कर ही जाना जो सिस्टम हैगा जिंदे जिहड़ी पाइप जरिए तुहाडे तक चीज़ां पहुँचदियां हैगियां वो चीज़ां जे टुट जाणगियां फिर वो चीज़ां दोबारा नहीं होणगियां फिर डॉक्टर ढिल्लों जिहड़ी गल कह रहे हैगे कि लड़ाई हो सकती है पानी की उस लड़ाई तो बचना है तो अज लड़ना पवेगा इन्हां सियासतदारां नाल इस सिस्टम नाल तां जो पानी का प्रबंधन दुरुस्त हो सके ते ब्रेक तो वापस आ के होर सवाल होणगे जरूर कि लोक सभा विच केंद्रीय राज मंत्री दे पीण वाले पानी दे उत्ते बयान ते कौन बोलेगा आ रहे डॉक्टर केंगर साहब तुहाडे कोल डॉक्टर सनवारिया जी मोदी साहब जदों मन की बात करते हैं उदों कहिंदे एनवायरमेंट साडा जे वधिया होगा चौगिरदा साडा वधिया होगा प्रदूषण मुक्त साडा मुल्क होवेगा तां ही साडा टूरिज्म वधेगा जी साडे टूरिज्म दे वधाउण दे पिछे बहुत चीज़ां कीतियां मोदी साहब ने खुद ही बड़े टूर किए है कि साडा पासपोर्ट आ जिहड़ा उह भारी लगे सारे देशां सामने पर सवाल यह हैगा जदों साडे कोल पानी की किल्लत होवेगी तो फिर असी बाहर जाके किहड़े मन की बात करते पे हैं ना बिल्कुल तुसी गल सही कही है और मैं हुण साडे बड़े पढ़े लिखे विद्वान पैनलिस्ट इत्थे बैठे ने और उत्थे मैं ड्यूअल ओपीनियन भी कहा एक मेरे साथी कहते पानी की कमी नहीं एक साथी कहता पानी तो लड़ाई होगी मैं आप जी का ध्यान दिलाना चाहना कि हुण पिंडां दी गल हो रही सी कि फलस विच उत्थे पिंडां विच पानी डालन वास्ते दूसरा पानी आता मैं कहना भाई साहब ये फलस तो हुण साडी सरकार नाल 8 करोड़ फलस जिहड़े जिहड़े टॉयलेट बनाए ने पहले टॉयलेट होंदे ही नहीं सी वो जंगलों के बीच जांदे सी यानी कि पानी हुण ज्यादा बर्बाद थोड़ी सी बर्बाद नहीं हुण मैं सुनो मेरी गल उन्हां नु मैं उन्हां दा नोट तुसी उन्हें ना पानी यूज करता होर पिंडा च विच पानी तो फलस ता उतो उन दिनों दी गल हुण गल है कि वाटर मैनेजमेंट जिहड़ा है पानी जिन्ना है उन्ना है प्रोफेसर साहब ने अथॉरिटी नाल दस्सिया कि इन्ना पानी साडे कोल है सारे वर्ल्ड दे पानी दा हुण वाटर दा एक साइकल बनता है ये देखिए पानी इदा नहीं ना कि उड़ गया वो बर्बाद नहीं होया वो पानी दा भी साइकल बनता है हां चलदा रहंदा साइकल वाटर ट्रीटमेंट प्लांट है जेड़े नो वो नहीं नहीं ना 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 इवेपोरेशन होया अच्छा इवेपोरेशन फिर ओदे बादल बाष्पीकरण हो जांदा फिर वापस आया पहाड़ ते यानी कि रहंदा साडे कोल ही है ना रहंदा साडे कोल किते नहीं जांदा पानी पानी देखिए ओदा मैनेजमेंट करना है कि हुण दो इशू आई कि एक पोर्टेबल वाटर होना चाहिए और एक एग्रीकल्चर वाटर दोनों दी रिक्वायरमेंट है सानू
तो उदा मैनेजमेंट वास्ते साड़ी सर हुण वाटर बॉडी दी गल कर मैं चलो क्योंकि ये नैशनल डिबेट है मैं आज आप जी का ध्यान दिलाना चाहता कि हरियाणा विच जिन्ने जोहड़ जिन्हों असी हरियाणा विच कहिंदे ने तालाब जिहड़े सी उह साड़ी सरकार ने उत्थे तालाबां नूं रेनोवेट करन वास्ते इन्ना काम किया है कि आज साडे कोल हरेक पिंड विच एक ना एक जोहड़ पक्का हो गया। तुसीं डॉक्टर वैसे contagious disease ਜਿਹੜੀਆਂ ਉਹ water borne diseases ਹੈ contagious not contagious ਨਾ contagious ਤੇ ਫਿਰ ਉਹ ਹੋ ਕੇ ਰਹੀਆਂ ਉਹ ਇਸ ਕਰਕੇ disease ਕਿਉਂ ਹੋ ਰਹੀ ਉਹ ਇਸ ਕਰਕੇ ਹੁੰਦੀਆਂ ਕਿ ਉਹਦੇ ਵਿੱਚ ਜਿਹੜਾ ਪਾਣੀ ਹੈਗਾ ਤੁਹਾਡਾ ਪੀਣ ਵਾਲੇ ਪਾਣੀ ਦੇ ਵਿੱਚ ਤੁਹਾਡਾ ਗੰਦਾ ਵਾਟ ਪਾਣੀ ਜਿਹੜਾ ਉਹ ਮਿਲ ਜਾਂਦਾ ਹੈਗਾ ਪਹਿਲਾਂ ਨਹੀਂ ਸੀ ਮਿਲਦਾ ਹੁੰਦਾ ਇਹ ਜਦੋਂ ਲੋਕੀ ਘੱਟ ਹੁੰਦੇ ਸੀਗੇ ਉਦੋਂ ਨਹੀਂ ਸੀ ਮਿਲ ਢਿੱਲੋਂ ਸਾਹਿਬ ਦੀ ਇੱਕ ਗੱਲ ਨਾਲ ਮੈਂ ਸਹਿਮਤ ਹਾਂ ਉਹਦੇ ਤੇ ਮੈਨੂੰ ਬੋਲਣਾ ਜ਼ਰੂਰੀ ਹੈ ਜਿੰਨਾ ਜੰਗਲ ਵੱਢਣਾ ਪਹਾੜਾਂ ਦੇ ਉੱਤੇ ਖਤਰਨਾਕ ਹੈ ਜਾਂ ਜੰਗਲ ਉਹਨਾਂ ਹੀ ਰੇਗਿਸਤਾਨ ਦੇ ਵਿੱਚ ਜੰਗਲ ਲਾਉਣਾ ਖਤਰਨਾਕ ਹੈ ਇਕੋਲੋਜੀਕਲੀ ਜੇ ਤੁਸੀਂ ਅੱਜ ਰਾਜਸਥਾਨ ਦਾ ਸਾਰੇ ਦਾ ਸਾਰਾ ਡੈਜ਼ਰਟ ਨੂੰ ਗ੍ਰੀਨ ਕਰ ਦਿਓਗੇ ਦਰਖਤ ਲਾ ਕੇ 250 ਸਪੀਸੀਜ਼ ਉੱਥੇ ਐਕਸਟਿੰਕਟ ਹੋ ਜਾਣਗੀਆਂ ਵਣ ਖਤਮ ਹੋ ਜਾਣਗੇ ਕੌੜ ਤੁੰਬੇ ਖਤਮ ਹੋ ਜਾਣਗੇ ਮੂਛੀਆਂ ਖਤਮ ਹੋ ਜਾਣਗੀਆਂ ਚੀਚਵੋਟੀਆਂ ਖਤਮ ਹੋ ਜਾਣਗੀਆਂ ਇਹ ਜਿਹੜੀ ਸਭ ਤੋਂ ਵੱਡੀ ਇਕਨੋਮਿਕ ਡਿਜ਼ਾਸਟਰ ਜਿਹੜਾ ਕੀਤਾ ਰਾਜਸਥਾਨ ਨਹਿਰ ਜਿਹੜੀ ਲੈ ਕੇ ਗਏ ਹੈ ਥੱਲੇ ਕੰਕਰ ਪੈਣ ਹੈ ਡੈਜ਼ਰਟ ਦੇ ਉਸ ਦੇ ਉੱਥੇ ਸਾਰੀ ਵਾਟਰ ਲੌਗਿੰਗ ਹੋ ਗਈ ਹੈ ਨਾ ਡੈਜ਼ਰਟ ਦਾ ਫਾਇਦਾ ਹੋਣਾ ਤੇ ਨਾ ਪੰਜਾਬ ਦਾ ਫਾਇਦਾ ਹੋਣ ਦੇਦਾ ਸਿਰਫ ਪੋਲੀਟੀਕਲੀ ਇਹਨੂੰ ਜਿਹੜਾ ਇਹ ਜ਼ਬਰਦਸਤੀ ਜਿਹੜਾ ਰਾਜਸਥਾਨ ਦੇ ਜਿਹੜਾ ਪੰਜਾਬ ਦਾ ਪਾਣੀ ਲਗਾਇਆ ਗਿਆ ਹੈਗਾ ਇਹਦੇ 'ਚ ਕੋਈ ਦੋ ਰਾਇ ਨਹੀਂ ਹੈ ਇਕੋਲੋਜੀਕਲੀ ਇਹ ਬਹੁਤ ਹੀ ਗਲਤ ਡਿਸੀਜਨ ਸੀ ਜੇ ਉਹ ਰਾਜਸਥਾਨ ਨਾਲ ਆਹ ਹਰਿਆਣੇ ਨੂੰ ਤਾਂ ਛੋਟੀ ਜਿਹੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਤਾਂ ਪੂਰਾ ਦਰਿਆ ਤੁਰਿਆ ਜਾਂਦਾ ਕਿਉਂ ਨਹੀਂ ਬੋਲਿਆ ਕੋਈ ਰਾਜਸਥਾਨ ਨੂੰ ਤਾਂ ਪਾਣੀ ਦਿੱਤਾ ਮੈਂ ਵੱਖਰੀ ਡਿਬੇਟ ਕਰ ਲੂੰ ਹੁਣ ਤੇ ਪੰਜਾਬ ਹਾਂ ਉਸ ਕਰਕੇ ਮੇਰਾ ਸਵਾਲ ਹੋਰ ਸਵਾਲ ਉੱਥੇ ਹੀ ਆਖੜਦਾ ਪਾਣੀ ਦੀ ਕਮੀ ਨਹੀਂ ਹੈ ਪਾਣੀ ਦੀ ਮੈਨੇਜਮੈਂਟ ਦੀ ਕਮੀ ਹੈ ਤੁਹਾਡੇ ਕੋਲੇ ਤੁਸੀਂ ਤੁਹਾਡੇ ਕੋਲੇ ਅੰਨ ਹੋਵੇ 100 ਕਿਲੋ ਸੁਣ ਲਓ ਇੱਕ ਪਾਸੇ ਕਹਿ ਰਿਹਾ ਪਾਣੀ ਦੀ ਕਮੀ ਲੱਗੇ ਕਿੰਗਰਸ ਨਹੀਂ ਨਹੀਂ ਸਾਰੇ ਰਿਪੋਰਟਾਂ ਗਲਤ ਹੈ ਇੱਕ ਮੇਕੋ ਰਿਪੋਰਟ ਹੋ ਰਹੀ ਪਈ ਹੈ ਸੁਣ ਲਓ ਨਹੀਂ ਮੈਂ ਰਿਪੋਰਟ ਤੇ ਗੱਲ ਕਰਨੀ ਹੈਗੀ ਹੈ 2015 ਦੀ ਇੱਕ ਰਿਪੋਰਟ ਆਉਂਦੀ ਹੈ ਉਹਦੇ ਵਿੱਚ ਲਿਖਿਆ 10 ਖਤਰੇ ਸੰਭਾਵਨਾ ਦੇ ਆਧਾਰ ਤੇ ਕਿਹੜੇ ਕਿਹੜੇ ਹੋਣਗੇ ਇੰਟਰਸਟੇਟ ਜਿਹੜੀ ਲੜਾਈ ਹੋਊਗੀ ਉਹ ਚ 10 ਖਤਰੇ ਅਸਰ ਦੇ ਆਧਾਰ ਤੇ ਉਹਦੇ ਵਿੱਚ ਸਭ ਤੋਂ ਵੱਡਾ ਜਲ ਸੰਕਟ ਹੈ ਡਾਟਾ ਢਿੱਲੋਂ ਫਿਰ ਮੈਨੂੰ ਲੱਗਦਾ ਸਹੀ ਕਹਿ ਰਹੇ ਆ ਜਲ ਸੰਕਟ ਜਿਹੜਾ ਹੈ ਦੋ ਕਿਸਮ ਦਾ ਜਲ ਸੰਕਟ ਹੈ ਜਿਹੜਾ ਐਗਰੇਰੀਅਨ ਜਲ ਸੰਕਟ ਹੈ ਉਹਦੇ ਤੇ ਲੜਾਈ ਹੋ ਸਕਦੀ ਹੈ ਕਿਉਂਕਿ ਵੈਸਟਡ ਇੰਟਰਸਟ ਗਰੀਡ ਹੈ ਉਹਦੇ ਚ ਇਨਵੋਲਵਡ ਉਹ ਨੀਡ ਨਹੀਂ ਹੈ ਉਹ ਗਰੀਡ ਹੈ ਅੱਜ ਮੇਰੀ ਜ਼ਮੀਨ ਜਿਹੜੀ ਰੇਗਿਸਤਾਨ ਡੈਜ਼ਰਟ ਹੈ ਕੱਲ ਨੂੰ ਮੈਨੂੰ ਇਰੀਗੇਟ ਕਰਨਾ ਚਾਹਣਾ ਮੇਰੀ ਡਿਮਾਂਡ ਵਧ ਗਈ ਯਾਨੀ ਕਿ ਦੋ ਸੇ ਕੇ ਕ੍ਰਾਈਸਿਸ ਆ ਗਿਆ ਇੱਕ ਪਾਣੀ ਦੇ ਤਾਏ ਤੇ ਲੜਾਈ ਹੋ ਸਕਦੀ ਹੈ ਇੱਕ ਪਾਣੀ ਦੇ ਤਾਏ ਤੁਸੀਂ ਖੇਤੀ ਬਾਰੇ ਜਿਹੜਾ ਪਾਣੀ ਹੈਗਾ ਆਪਣੀ ਡਿਮਾਂਡ ਵਧਾ ਲਈ ਠੀਕ ਹੈ ਜਿਸ ਤੇ ਅਸੀਂ ਗੱਲ ਕਰ ਰਹੇ ਹਾਂ ਨਾ ਕਿ 60000 ਲੋਕ ਜਿਹੜੀ 60 ਕਰੋੜ ਲੋਕਾਂ ਦੀ ਗੱਲ ਹੈ ਉਹਨੇ ਕਿਹਾ ਪੀਣ ਵਾਲੇ ਪਾਣੀ ਦੀ ਕਮੀ ਹੈ ਠੀਕ ਹੈ ਮੈਂ ਉਹਦੀ ਗੱਲ ਕਰ ਰਿਹਾ ਅੱਜ ਆਪਾਂ ਮੁੱਦੇ ਤੋਂ ਨਾ ਭਟ ਗਏ ਐਂ ਤਾਂ ਪਾਣੀ ਦੇ ਬਹੁਤ ਮੁੱਦੇ ਹੈ ਸਹੀ ਕੀ ਕਹੋਗੇ ਤੁਸੀਂ ਆਪਾਂ ਮੁੱਦੇ ਤੋਂ ਭਟ ਰਹੇ ਹਾਂ ਮੈਂ ਮਤਲਬ ਦੇਖੋ ਜਿਵੇਂ ਢਿੱਲੋਂ ਸਾਹਿਬ ਨੇ ਕਿਹਾ ਪਹਿਲਾਂ ਫਸਟ ਸੈਗਮੈਂਟ ਚ ਇਹਨਾਂ ਨੇ ਕਿਹਾ ਸੀ ਕਿ ਪੋਲੀਟੀਕਲ ਇਗਨੋਰੈਂਸ ਹੈ ਨਾ ਜਿਹੜੀ ਉਹ ਮਤਲਬ ਇੱਥੇ ਛਲਕ ਰਹੀ ਹੈ ਭਾਵੇਂ ਡਾਕਟਰ ਸਮਰੀਆਂ ਜੀ ਨੇ ਭਾਵੇਂ ਕਿੰਗਰਾ ਸਾਹਿਬ ਨੇ ਮਤਲਬ ਉਹ ਮੈਨੂੰ ਐਵੇਂ ਲੱਗ ਰਿਹਾ ਹਾਂ ਸੁਣ ਲਓ ਕੋਈ ਨਾ ਕੁਛ ਨਹੀਂ ਹੁੰਦਾ ਸਰ ਮਰਦਾ ਰੱਖੋ ਸੁਣਦਾ ਵੀ ਮਤਲਬ ਇਹਨਾਂ ਦੀ ਗੱਲਾਂ ਤੋਂ ਜੋ ਪਤਾ ਲੱਗਦਾ ਇੱਕ ਪੋਲੀਟੀਕਲ ਵਿਲਿੰਗਨੈਸ ਜਿਹੜੀ ਹੈ ਪਾਣੀ ਨੂੰ ਪਾਣੀ ਦੇ ਨਾਲ ਰਿਲੇਟਡ ਉਹ ਬਿਲਕੁਲ ਮਿਸਿੰਗ ਹੈ ਹੁਣ ਸਵਰੀਆ ਜੀ ਨੇ ਮਤਲਬ ਮੇਰੀ ਗੱਲ 'ਚੋਂ ਚੱਕ ਕੇ ਆਪਣੀ ਪਬਲਿਸਿਟੀ ਵੀ ਕਰਤੀ 8 ਕਰੋੜ ਦੇ ਗੱਲਾਂ ਕਰਤੀਆਂ ਮੈਂ ਸਵਰੀਆ ਜੀ ਨੂੰ ਇਹ ਵੀ ਦੱਸ ਦਿੰਦਾ ਕਿ ਮੋਦੀ ਜੀ ਨੇ ਆਪਣੀ ਮਨ ਕੀ ਬਾਤ ਦੇ ਵਿੱਚ ਕਲਾਈਮੇਟ ਐਕਸਚੇਂਜ ਨੂੰ ਆਲ ਟੁਗੈਦਰ ਇਗਨੋਰ ਕੀਤਾ ਅਤੇ ਉਹਨੂੰ ਮਤਲਬ ਇੱਕ ਮਨ ਕੀ ਬਾਤ ਆਈ ਸੀ ਬੱਚਿਆਂ ਵਾਸਤੇ ਉਹ ਕਹਿੰਦੇ ਠੰਡ ਪਤਾ ਕਿਉਂ ਲੱਗਦੀ ਹੈ ਕਿਉਂਕਿ ਹਮ ਬੂੜੇ ਹੋ ਰਹੇ ਹਾਂ ਕਲਾਈਮੇਟ ਨਹੀਂ ਚੇਂਜ ਹੋ ਰਿਹਾ ਹਾਂ ਇਹ ਹੱਥ ਜ਼ਿਆਦਾ ਸੀਗ ਗਏ ਮੇਰੇ ਨਾਲ ਆਖ ਮਾਰਨੇ ਵਾਲੇ ਕਿ ਨਕਲ ਕਰਤੇ ਹੋ ਸਾਥ ਮਿਲਨੇ ਜਾ ਰਹੇ ਹੋ ਆਪਾਂ ਛੱਡਿਆ ਤਾਂ ਫੇਰ ਉੱਥੇ ਚਲੇ ਜਾਂਦੇ ਮੈਂ ਜਸਟ ਅਬਾਊਟ ਡਿਸਟ੍ਰਿਕਟ ਨਹੀਂ ਆਪਾਂ ਪਾਣੀ ਦੇ ਰਹੀਏ ਜਿਸੇ ਸੇ ਪਾਣੀ ਦੇ ਰਹੀਏ ਗੱਲ ਕਰ ਰਹੇ ਹਾਂ ਮੈਂ ਵੀ ਪਾਣੀ ਦੇ ਕੋਲ ਕਰਕੇ ਮੈਂ ਉਹਦੇ ਕੋਲ ਜਾ ਕੇ ਬੈਠ ਲਓ ਮੈਂ ਕਿਹਾ ਕਿ ਸ਼ੋ ਕਰਨਾ ਚਾਹੁੰਦਾ ਹਾਂ ਪਾਣੀ ਦੇ ਪਾਣੀ ਦੀ ਗੱਲ ਕਰਦੇ ਰਹੀ ਜਾਂ ਮੈਂ ਆ ਰਿਹਾ ਇਹ ਗੈਸਟਰ ਆ ਮੈਂ ਕਹਿ ਕੀ ਰਿਹਾ ਹਾਂ ਬਾਹਰ ਨਹੀਂ ਮੈਂ ਕੀ ਸੀ ਵਾਟਰ
मैं वही गल कह रहा ना, देखो क्लाइमेट चेंज बारे जेडे गल रोक लोगे जेडे बंदे इग्नोरेंट है बिल्कुल रुक सकती है। तो 20000 साल पहले आइस एज आई थी, प्लीज यार वो क्लाइमेट, प्लीज क्लाइमेट चेंज नु जिन्ना रोक, आइस एज तो बाद लोकी किन्ने मर गए, उस चीज नु अवॉइड करना है, ठीक है, उस चीज नु इग्नोर नहीं करना, नहीं एक मिनट, व्हाट आई वांट टू से वाज कि भी जेडे बंदे क्लाइमेट चेंज नाल मैं रिलेट कर रहे हैं ओदे बारे इग्नोरेंट ने, पानी बारे इग्नोरेंट ने, ਇਹ ਤੁਸੀਂ ਸੋਚੋ ਕਿ ਇਹਨਾਂ ਦੀ ਸਰਕਾਰਾਂ ਉਹਦੇ ਉੱਪਰ ਕੰਮ ਕਰਨਗੀਆਂ ਕਿ ਨਹੀਂ ਕਰਨਗੀਆਂ? ਆਬਵੀਅਸਲੀ ਨਹੀਂ ਕਰਨਗੀਆਂ। ਪ੍ਰੋਫੈਸਰ ਮਨਜੀਤ ਸਿੰਘ, ਅਸੀਂ ਵਾਰ ਵਾਰ ਗੱਲ ਕਰਦੇ ਹਾਂ ਇਨਵਾਇਰਮੈਂਟ ਮੁੱਦਾ ਹੋਣਾ ਚਾਹੀਦਾ ਪੋਲਿਟਿਕਸ ਦਾ, ਸਾਡੇ ਮੁੱਦਾ ਹੈਗਾ ਹਿੰਦੂ ਮੁਸਲਮਾਨ, ਨਹੀਂ ਉਹਦੇ ਜਾਣ ਕੇ ਟਾਲਣ ਲਈ, ਕਿਉਂਕਿ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਜਾਣ। ਪੰਜਾਬ ਦੀ ਜੇ ਪੰਜਾਬ ਦੀ ਗੱਲ ਲਓ, ਬੜੀ ਸਾਫ ਗੱਲ ਹੈ, 148 ਬਲਾਕ ਦੇ ਵਿੱਚ ਵਾਰ ਵਾਰ ਰਿਪੋਰਟਾਂ ਆਉਂਦੀਆਂ, 113 ਬਲਾਕਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਥੱਲੇ ਚਲਾ ਗਿਆ, ਔਰ ਪੰਜਾਬ ਆਉਣ ਵਾਲੇ ਜੇ ਇਸੇ ਤਰ੍ਹਾਂ ਥੱਲੇ ਜਾਂਦਾ ਰਿਹਾ 15-20 ਸਾਲਾਂ ਤੱਕ ਡੈਜ਼ਰਟ ਹੋਊਗਾ, ਇਹ 'ਚ ਕੋਈ ਦੋ ਰਾਏ ਨਹੀਂ ਹੈ, ਵਾਰ ਵਾਰ ਰਿਪੋਰਟਾਂ ਆ ਰਹੀਆਂ। ਔਰ ਮੈਨੂੰ ਇਹ ਲੱਗਦਾ ਕਿ ਦੇਖੋ ਜਦੋਂ ਅਸੀਂ ਇਨਵਾਇਰਮੈਂਟ ਦੀ ਇਕਾਲੋਜੀ ਦੀ ਗੱਲ ਕਰਦੇ ਹਾਂ, ਉਹ ਗਾਂਧੀ ਜੀ ਨੇ ਵੀ ਕਿਹਾ ਸੀ, ਉਦੋਂ ਪਹਿਲਾਂ ਵੀ ਲੋਕਾਂ ਨੇ ਕਿਹਾ, ਅੱਜ ਵੀ ਕਹਿ ਰਿਹਾ ਕਿ ਜਿਹੜੀ ਧਰਤੀ ਆ ਉਹ ਸਾਨੂੰ ਜੀਣ ਲਈ, ਇੱਕ ਸੋਹਣਾ ਜੀਵਨ ਜੀਣ ਲਈ ਬਹੁਤ ਕੁਝ ਦੇ ਸਕਦੀ, ਪਰ ਸਾਡਾ ਲਾਲਚ ਨਹੀਂ ਪੂਰਾ ਕਰ ਸਕਦੀ। ਜਿਹੋ ਜਿਹੇ ਗ੍ਰੀਨ ਰੈਵੋਲੂਸ਼ਨ ਅਸੀਂ ਇੱਥੇ ਕੀਤਾ, ਧਾਨ ਸਾਡੀ ਫਸਲ ਹੈ ਹੀ ਨਹੀਂ, ਕਿਉਂ ਸਾਡੇ ਤੇ ਠੋਕ ਦਿੱਤੀ? ਇੱਕ ਕਿਲੋ ਧਾਨ ਲਈ ਮੈਨੇਜਮੈਂਟ ਦੀ ਗੱਲ ਹੈ ਨਾ, ਬਿਲਕੁਲ, ਇੱਕ ਕਿਲੋ ਧਾਨ ਲਈ 3500 ਤੋਂ 4000 ਲੀਟਰ ਪਾਣੀ ਲੱਗਦਾ, ਤੇ ਫਿਰ ਪਾਣੀ ਮੁੱਕਣਾ ਹੀ ਆ। ਐਂਡ ਹੁਣ ਸੈਂਟਰ ਤੇ ਸਰਕਾਰ ਇਹ ਕਹਿੰਦੀ ਹੈ ਕਿ ਵੀ ਤੁਸੀਂ ਜੇ ਉਗਾ ਸਾਡੇ ਤੇ ਸਾਨੂੰ ਨਹੀਂ ਕਰਨੀ, ਕੀਮਤ ਦੇਣੀ ਨਹੀਂ, ਇਹ ਕਹਿ ਰਹੇ ਕਿਸਾਨਾਂ ਨੂੰ ਵੀ ਮਾਰਤਾ, ਸਾਡਾ ਪਾਣੀ ਵੀ ਲੁੱਟ ਲਿਆ। ਇਸ ਕਰਕੇ ਜਿਹੜੀ ਇਹ ਮਿਸਮੈਨੇਜਮੈਂਟ ਆ ਔਰ ਪੋਲਿਟਿਕਸ ਹੈਗੀ ਆ ਔਰ ਇਨਵਾਇਰਮੈਂਟ ਨੂੰ ਤਬਾਹੀ ਕਰਨੀ ਜ਼ਬਰਦਸਤੀ ਲਾਲਚ ਲਈ, ਉਹ ਫਿਰ ਸਾਰੀਆਂ ਘਾਟਾਂ ਪੂਰੀਆਂ ਕਰੂਗੀ। ਇਸ ਕਰਕੇ ਪਹਿਲਾਂ ਵੀ ਜਦੋਂ ਫੈਮਿਨ ਹੋਏ ਸੀਗੇ ਉਹ ਫੂਡ ਦੀ ਸਕੇਸਟੀ ਕਰਕੇ ਨਹੀਂ, ਉਹਦੀ ਡਿਸਟ੍ਰੀਬਿਊਸ਼ਨ ਨਹੀਂ ਸੀ, ਫੂਡ ਉਦੋਂ ਵੀ ਸੀਗਾ, ਅੱਜ ਵੀ ਪਾਣੀ ਹੁੰਦਿਆਂ ਹੋਇਆਂ ਲੋਕ ਧਿਆਏ ਮਰ ਗਏ। ਹੁਣ ਆਪਾਂ ਚਰਚਾ ਸਮਾਪਤ ਕਰ ਲਈਏ, ਹੁਣ ਮੁੱਦਾ ਇਹ ਆ ਗਿਆ ਕਿ ਪ੍ਰਬੰਧਨ ਦੀ ਕਮੀ ਹੈ, ਸਾਡੇ ਕੋਲੇ ਪਾਣੀ ਬਹੁਤ ਆ। ਨਹੀਂ ਪਾਣੀ ਹੈ ਨਹੀਂ, ਹੈ ਪ੍ਰਬੰਧਾਂ ਦੀ ਵੀ ਕਮੀ ਆ, ਪਾਣੀ ਦੀ ਵੀ ਸਕੇਰਸਿਟੀ ਆ, ਔਰ ਦਿਨ ਬਾ ਦਿਨ ਉਹ ਵੱਧਦੀ ਜਾ ਰਹੀ ਹੈ। ਮੈਂ ਇਹਨਾਂ ਦੀ ਆਪਣੇ ਕਾਂਗਰਸ ਦੇ ਜਿਹੜੇ ਸਪੋਕਸਮੈਨ ਉਹਨਾਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ, ਅਮੈਰੀਕਾ ਦਾ 1/3 ਡੈਜ਼ਰਟ ਆ, ਕੈਲੀਫੋਰਨੀਆ ਡੈਜ਼ਰਟ ਆ, ਨਵਾਡਾ ਡੈਜ਼ਰਟ ਆ, ਹੋਰ ਦੂਸਰੇ ਨਾਲ ਦੇ ਸੂਬੇ ਆਲਮੋਸਟ ਡੈਜ਼ਰਟ ਹੈਗੇ, ਜਿੱਥੇ ਪਾਣੀ ਧਰਤੀ ਦੇ ਵਿੱਚ ਨਹੀਂ ਹੈ, ਨਾ ਉੱਥੇ ਕੋਈ ਦਰਿਆ ਜਿਹੜੇ ਉਹਨਾਂ ਨੂੰ ਫੈਡ ਕਰਦੇ ਆ, ਕਿਉਂਕਿ ਉਹ ਮੁਲਕ ਇੰਨਾ ਅਮੀਰ ਆ, ਉਹਨਾਂ ਨੇ ਆਪਣੇ ਮਾੜੀ ਮੋਟੀ ਮੈਨੇਜਮੈਂਟ ਕੀਤੀ ਵੀ ਆ, ਲੇਕਿਨ ਉੱਥੇ ਵੀ ਗਰਮੀਆਂ ਦੇ ਵਿੱਚ ਇੰਸਟਰਕਸ਼ਨਸ ਆਉਂਦੀਆਂ ਵੀ ਤੁਸੀਂ ਆਪਣੇ ਲੋਨਸ ਨੂੰ ਨਹੀਂ ਪਾਣੀ ਦੇਣਾ, ਤੁਸੀਂ ਆਪਣੀਆਂ ਕਾਰਾਂ ਨਹੀਂ ਧੋਣੀਆਂ, ਦਿਸ ਐਂਡ ਦੈਟ। ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ, ਇੱਕ ਮਿੰਟ ਮੈਂ ਬੜੀ ਇੰਪੋਰਟੈਂਟ ਗੱਲ ਕਰਨ ਲੱਗਿਆ, ਤਿੱਬਤ ਪਲੇਟੋ ਆ ਜਿਸ ਦੇ ਕੋਲ ਸਭ ਤੋਂ ਜ਼ਿਆਦਾ ਸੋਰਸਿਸ ਆਫ ਵਾਟਰ ਹੈਗੇ, ਨੈਚੁਰਲ ਸੋਰਸਿਸ, ਪੋਟੇਬਲ ਵਾਟਰ, ਮਾਫ ਨਾ, ਕੈਨੇਡਾ ਕੋਲ ਤਾਂ ਹੈਗੇ ਹੀ ਆ, ਇੱਧਰਲੇ ਪਾਸੇ ਮੈਂ ਆਪਣੀ ਗੱਲ ਕਰ ਰਿਹਾ, ਇੰਡੀਆ ਅਤੇ ਚਾਈਨਾ ਦੀ, ਮੋਦੀ ਸਾਹਿਬ ਦੀ ਪੋਲਿਸੀ ਨੇ ਜਿਹੜਾ ਹਿੰਦੁਸਤਾਨ ਆ ਉਹਨੂੰ ਬਰਬਾਦ ਕਰ ਦਿੱਤਾ। ਜੱਫੀਆਂ ਜ਼ਰੂਰ ਸ਼ੀ ਨਾਲ ਪਾਈ ਜਾਂਦੇ ਆ, ਲੇਕਿਨ ਉਸ ਨੇ ਬ੍ਰਹਮਪੁੱਤਰਾ 90% ਆਪਣੇ ਕੰਟਰੋਲ 'ਚ ਕਰ ਲਿਆ, ਜਿਹੜਾ ਰੈਸਟ ਵੀ ਜਿਹੜਾ ਬ੍ਰਹਮਪੁੱਤਰਾ ਆ ਵੀ ਰਿਹਾ ਉਹ ਵੀ ਮਤਲਬ ਪੋਲਿਊਟਿਡ ਹੈ, ਉਸ ਦੇ ਵਿੱਚ ਜਿੰਨੀਆਂ ਜੋ ਵੀ ਨੈਚੁਰਲ ਜੀਵ ਸੀ ਉਹ ਖਤਮ ਹੋ ਚੁੱਕੇ ਆ ਆਲਮੋਸਟ, ਜਿੱਥੇ ਉਹਨਾਂ ਦਾ ਲਾਈਵਲੀਹੁੱਡ ਸੀ, ਕਿੰਨੀਆਂ ਸਟੇਟਾਂ ਦਾ, ਨਾਰਥ ਈਸਟਰਨ, ਡੈਮ ਬਣਾ ਲੈਣਾ ਜੀ, ਉੱਤੇ ਡੈਮ ਬਣਾ, ਡੈਮ ਬਣ ਗਏ, ਆਬਾਦੀ ਹੈ ਨਹੀਂ। ਮੇਰੀ ਸਾਰੀ ਜ਼ਿੰਦਗੀ ਪਾਣੀਆਂ ਦੇ ਇਸ਼ੂ ਨੂੰ ਅੰਡਰਸਟੈਂਡ ਕਰਨ ਲਈ ਲੰਘ ਗਈ, ਮੈਨੂੰ ਸਮਝ ਨਹੀਂ ਆਉਂਦੀ ਕਿਸ ਗੱਲ ਦੀ ਆਪਣੇ ਪਿੱਠ ਦੇ ਉੱਤੇ ਥਾਪੀ ਲੈ ਰਹੇ ਆ ਮੋਦੀ ਜੀ, ਜਦਕਿ ਹਿੰਦੁਸਤਾਨ ਦਾ ਸਭ ਤੋਂ ਸਾਰੀਆਂ ਸਰਕਾਰਾਂ ਹੁਣ ਤੱਕ ਦੀਆਂ ਜਿਹੜਾ ਪਾਣੀ ਆ ਉਹ ਸਟੇਟ ਸਬਜੈਕਟ ਆ, ਕਿਉਂਕਿ ਜਿਹੜੀ ਲੈਂਡ ਆ ਉਹ ਸਟੇਟ ਦੀ ਡੈਫੀਨੇਸ਼ਨ ਦੇ ਵਿੱਚ ਆਉਂਦੀ ਆ, ਤੋ ਉਹਨਾਂ ਨੇ ਹੁਣ ਇਸੇ ਤਰੀਕੇ ਨਾਲ ਗੰਗਾ ਦੇ ਉੱਤੇ ਜਿਹੜਾ ਪਾਣੀ ਉਹਨੂੰ ਦੇਣਾ ਚਾਹੁੰਦਾ ਸੀ ਡਾਕਟਰ ਮਨਮੋਹਨ ਸਿੰਘ ਵੀ ਦੇਣਾ ਚਾਹੁੰਦਾ ਸੀ ਔਰ ਦੂਸਰੇ ਪਾਸੇ ਮੋਦੀ ਸਾਹਿਬ ਵੀ ਦੇਣਾ ਚਾਹੁੰਦੇ ਸੀ, ਲੇਕਿਨ ਬੰਗਾਲ ਦੀ ਚੀਫ ਮਿਨਿਸਟਰ ਨੇ ਸ਼ੀ ਪੁੱਟ ਹਰ ਫੁੱਟ ਡਾਊਨ ਕਿ ਮੈਂ ਫਰਾਕਾ ਤੋਂ ਮੈਂ ਪਾਣੀ ਇੱਕ ਤੁਬਕਾ ਵੀ ਨਹੀਂ ਦੇਣਾ। ਇਹ ਜਿਹੜੀਆਂ ਸੁਚੇਤ ਲੋਕ ਹੈ, ਜਿਹੜੇ ਸੁਚੇਤ ਕੌਮਾਂ ਹੈਗੀਆਂ, ਜਿਹੜੇ ਸੁਚੇਤ ਇਨਲਾਈਟਨਡ ਪੋਲੀਟੀਸ਼ਨ ਆ, ਉਹ ਆਪਣੇ ਸੂਬੇ ਦੇ ਪਾਣੀ ਨੂੰ ਪ੍ਰਿਜ਼ਰਵ ਕਰਦੇ ਆ, ਉਹਦੇ 'ਤੇ ਪਹਿਰਾ ਦਿੰਦੇ ਆ, ਪ੍ਰੈਗਮੈਟਿਕ। ਹਾਂ, ਪ੍ਰੈਗਮੈਟਿਕ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਵੀ ਬ੍ਰਹਮਪੁੱਤਰਾ ਦਾ ਪਾਣੀ
जिहड़ा एक बहुत वड्डे दरियावां विचों हिंदुस्तान दे सब तो वड्डे दरियावां विचों गंगा तो थोड़ा छोटा हो उस दरिया दे उत्ते इन्हां नूं इंटरनेशनल लैवल दे उत्ते जाके इंटरनेशनल कोर्ट च जाना चाहीदा सी मोदी साहब नूं ओ साडी बहुत वड्डी जे आ हिंदुस्तान इकट्ठा टेक अप कीता होया प्राइम मिनिस्टर ऑफिस जो इत्थे एक स्पेशल टास्क फोर्स बनी हुई है पड़ी भी आ किधर गई हुई है किधर गई ओ बिग बैंड दे उत्ते जेड़ा बना रहा है ओ ओही उस ते किधर गई ओ तो बना लिया उन्होंने ओ तो बना लिया नहीं बना लिया बना लिया ओ तो पहला साडे बन रहे है चलो मैं कुछ नहीं सुनवाई हुई जफियां जरूर जफी पपी की कहंदे ओ जरूर हुई है चलो बहुत धन्यवाद इस चर्चा दे लिए डॉक्टर लो तुहाडा बहुत धन्यवाद सुनारी साहब तुहाडा बहुत धन्यवाद किंगरा साहब तुहाडा धन्यवाद जसे सिंह तुहाडा बहुत धन्यवाद प्रसन्न मजीत सिंह तुहाडा बहुत धन्यवाद पानी ता प्रबंधन करना पवेगा पानी ते पॉलिटिक्स कीत्या कुछ नहीं होना का पानी का प्रबंधन बहुत जरूरी हैगा जो चोणों के मुद्दे चुके जाएंगे तो फिर मुद्दे वड्डे हो जाते हैं उदू बाद छोटे क्यों पता नहीं क्यों हो जाते पानी जवानी ते किसानी इस ते बहस जरूरी हैगी है कल्ले धर्म के नाते या आस्था के नाते बहस करके तुसी आपो अपनिया बुनियादी सहूलतों तो खुद को दूर कर लवोंगे जे इस बहस में तुसी हुलारा दवोंगे तुहानू भी सोचना पवेगा पानी तुहाडे लई किन्ना जरूरी हैगा पानी जिंदगी है तो जिंदगी तुहाडे तो दूर जा रही है अज ही सोचो नहीं तो लड़ाई तो लगेगी बहुत धन्यवाद।